ਜਸ ਗੱਲਬਾਤ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਸਾਰਿਆਂ ਨੂੰ ਅਰਵਿੰਦ ਕੌਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਹਮੇਸ਼ਾ ਦੀ ਤਰ੍ਹਾਂ ਸਵਾਲ ਪੁੱਛ ਰਹੇ ਹਾਂ, ਪਲੀਜ਼ ਬਿਲਕੁਲ ਧਿਆਨ ਨਾਲ ਬੈਠ ਜਾਓ, ਗੱਲ ਕਰੋ। ਕੋਈ ਸਮਾਂ ਨਹੀਂ ਹੈ ਸਾਡੇ ਕੋਲ ਕਿ ਜਿਹੜਾ ਅਸੀਂ ਵੇਸਟ ਕਰ ਸਕੀਏ। ਸੋ ਜਿਹੜਾ ਅੱਜ ਦਾ ਸਵਾਲ ਹੈ, ਰਾਈਟ ਅਵੇ ਮੈਂ ਉਹ ਪੁੱਛਦੀ ਹਾਂ ਤੁਹਾਨੂੰ। ਇੱਕ ਲੇਡੀ ਜਿਹੜੇ ਕਿ ਕਾਫੀ ਯੰਗ ਨੇ, ਇੱਕ ਬੱਚਾ ਹੈ, ਇੰਡੀਆ ਤੋਂ ਵਿਆਹ ਕਰਕੇ ਇੱਥੇ ਆਏ, ਬਟ ਆਪਣੀ ਜਿਹੜੀ ਜੋਬ ਦਾ ਕੁਝ ਕੁਐਸਚਨ ਪੁੱਛਦੇ ਨੇ। ਕਹਿ ਰਹੇ ਨੇ ਕਿ ਮੇਰੇ ਇਸ ਵੇਲੇ ਕੁਛ, ਉਹਨਾਂ ਨੇ ਇੱਥੇ ਆ ਕੇ ਕੋਰਸ ਕੀਤਾ, 4 ਸਾਲ ਹੋ ਗਏ ਉਹਨਾਂ ਨੂੰ ਇੱਥੇ ਆਏ ਨੂੰ, ਛੋਟਾ ਕੋਈ 6 ਮਹੀਨੇ ਕੋਰਸ ਕੀਤਾ, ਦੈਨ ਸ਼ੀ ਗੋਟ ਅ ਵੈਰੀ ਗੁੱਡ ਜੋਬ, ਬੜੇ ਮਿਹਨਤੀ ਨੇ, ਯੂ ਨੋ ਫੈਮਲੀ ਵੱਲੋਂ ਸਭ ਕੁਛ ਠੀਕ ਹੈ। 2 ਸਾਲ ਤੋਂ ਇਸ ਡਾਕਟਰਸ ਆਫਿਸ ਦੇ ਵਿੱਚ ਜੋਬ ਕਰ ਰਹੇ ਸੀ, ਐਂਡ ਇਹੀ ਹੋਇਆ ਕਿ ਜਿਹੜੇ ਜੋਬ ਕਰ ਰਹੇ ਸੀਗੇ ਉਹ ਬੜੀ ਵਧੀਆ ਕਹਿੰਦੇ ਚੱਲ ਰਹੀ ਸੀ, ਐਕਸੈਪਟ ਕਿ ਯੂ ਨੋ ਮਾਹੌਲ ਇੰਨਾ ਵਧੀਆ ਨਹੀਂ ਸੀ, ਪਰ ਅਸੀਂ ਮੈਂ ਆਪਣਾ ਪ੍ਰੋਫੈਸ਼ਨਲਿਜ਼ਮ ਬਰਕਰਾਰ ਰੱਖਿਆ ਅਤੇ ਉਹ ਠੀਕ ਹੋ ਗਿਆ। ਮਤਲਬ ਕਹਿਣ ਦਾ ਇਹਨਾਂ ਦਾ ਕਿ ਡਾਕਟਰ ਜਿਹੜੀ ਸੀ ਉਹ ਥੋੜ੍ਹਾ ਯੂ ਨੋ ਆਲਵੇਜ਼ ਇੱਕ ਦੀ ਹੀ ਯੂਜ਼ ਟੂ ਪਾਸ ਕੇ ਕੋਮੈਂਟਸ ਔਨ ਹਰ, ਕਿ ਜਿਸ ਤਰ੍ਹਾਂ ਕੋਈ ਫਲਰਟ ਕਰਨ ਦੀ ਕੋਸ਼ਿਸ਼ ਕਰ ਰਿਹਾ। ਬਟ ਕਹਿੰਦੇ ਬੜੀ ਜਲਦੀ ਹੀ, ਆਈ ਨੋ ਕਿ ਅਸੀਂ ਅਮੈਰੀਕਾ 'ਚ ਹੈਗੇ ਹਾਂ, ਮੀ ਟੂ ਦਾ ਮੂਵਮੈਂਟ ਹੈਗਾ, ਤਾਂ ਮੈਂ ਬੜੀ ਫਰਮਲੀ ਉਹਨਾਂ ਨੂੰ ਦੱਸਤਾ ਕਿ ਕੀ ਮੇਰੀਆਂ ਲਿਮਿਟਸ ਹੈ, ਕੀ ਉਹਦੀਆਂ ਲਿਮਿਟਸ, ਕੀ ਹੱਦਾਂ ਹੋਣੀਆਂ ਚਾਹੀਦੀਆਂ ਉਹਨਾਂ ਦੀਆਂ। ਸੋ ਵਿਚ ਵੈਂਟ ਵੈਲ, ਸਾਰਾ ਕੁਛ ਠੀਕ ਸੀ, 2 ਸਾਲ ਬੜੀ ਵਧੀਆ ਜੋਬ ਕੀਤੀ, ਐਂਡ ਰਾਈਟ ਨਾਓ ਇੱਕ ਜਿਹੜੇ ਕੋਈ ਕਿਸੇ ਨੇ ਜੁਆਇਨ ਕੀਤਾ ਉਹਨਾਂ ਨੂੰ ਜਿਹੜੇ ਕਿ ਸਕਿੱਲਡ ਨਹੀਂ ਹੈ, ਉਹਨਾਂ ਨੇ ਉਹ ਕੋਰਸ ਵੀ ਨਹੀਂ ਕੀਤਾ ਹੋਇਆ ਜਿਹੜਾ ਇਹਨਾਂ ਨੇ ਕੀਤਾ ਹੋਇਆ, ਔਰ ਉਂਝ ਕਹਿੰਦੇ ਨੇ ਕਿ ਨਾ ਵੀ ਕੋਰਸ ਕੀਤਾ ਹੋਏ, ਬੰਦੇ ਸਿੱਖਦੇ ਹੈ ਥੋੜ੍ਹੀ ਜਿਹੀ ਹਫ਼ਤੇ ਦੇ ਵਿੱਚ ਬੜਾ ਅੱਛਾ ਕੰਮ ਕਰਨ ਲੱਗ ਜਾਂਦੇ ਹੈ, ਬਟ ਦਿਸ ਗਰਲ ਇਜ਼ ਲਾਈਕ ਬਿਲਕੁਲ ਇੰਟਰਸਟਿਡ ਨਹੀਂ ਹੈ ਕਿ ਉਹ ਕੰਮ ਸਿੱਖੇ, ਕਿਉਂਕਿ ਉਹ ਇਮੀਡੀਏਟਲੀ ਜਦੋਂ ਆਈ ਵੀ ਸੀ ਕਹਿੰਦੇ ਮੈਂ 2 ਸਾਲ ਦੇ ਵਿੱਚ ਸਾਰਾ ਕਲੀਨਿਕ ਵਗੈਰਾ ਸਭ ਕੁਛ ਸੰਭਾਲ ਲਿਆ, ਈਵਨ ਜਿਹੜੀ ਕਿ ਕੁੜੀਆਂ ਆਉਂਦੀਆਂ ਉਹਨਾਂ ਨੂੰ ਪਹਿਲੇ ਮੈਂ ਇੰਟਰਵਿਊ ਕਰਦੀ ਹਾਂ, ਔਰ ਮੈਨੂੰ ਦਿਖ ਰਿਹਾ ਸੀ ਕਿ ਕੁਛ ਨਹੀਂ ਹੈ, ਇਸ ਦਮ ਨਹੀਂ ਹੈ ਇਸ ਕੁੜੀ 'ਚ। ਬਟ ਦੈਨ ਸੈਕਿੰਡ ਇੰਟਰਵਿਊ ਉਹਨਾਂ ਦੀ ਮੇਨ ਡਾਕਟਰ ਨਾਲ ਹੋਣੀ ਸੀ, ਐਂਡ ਉਹਦੇ ਵਿੱਚ ਹੋ ਗਿਆ ਕਿ ਉਹਨਾਂ ਨੇ ਰੱਖ ਲਿਆ, ਕਿਉਂਕਿ ਅਕੋਰਡਿੰਗ ਟੂ ਹਰ ਜਿਹੜੀ ਕੁੜੀ ਹੈ ਉਹ ਬਿਲਕੁਲ ਇੱਕ ਤਰ੍ਹਾਂ ਨਾਲ ਸ਼ੀ ਥਰੋਜ਼ ਹਰ ਸੈਲਫ ਔਨ ਦ ਡਾਕਟਰ, ਕਿ ਉਹਨੇ ਦੇਖਿਆ ਇਸ ਤਰ੍ਹਾਂ ਦਾ ਬੰਦਾ ਹੈਗਾ, ਅਤੇ ਉਹ ਬੜੀ ਇੱਕ ਤਰ੍ਹਾਂ ਨਾਲ ਓਪਨ ਜੀ ਕੇ ਇਨਵੀਟੇਸ਼ਨ ਦਿੰਦੀ ਹੈ ਕਿ ਹਾਂ ਵੀ ਕੈਨ ਹੈਵ ਅ ਰਿਲੇਸ਼ਨਸ਼ਿਪ ਟੂਗੈਦਰ ਐਂਡ ਇਸ ਤਰ੍ਹਾਂ। ਸੋ ਸ਼ੀ ਸੇਜ਼ ਕਿ ਹੁਣ ਆਲਮੋਸਟ 8 ਮਹੀਨੇ ਹੋ ਗਏ ਹੈ, ਐਂਡ ਮੈਂ ਇੰਨੀ ਪਰੇਸ਼ਾਨ ਹਾਂ ਕਿਉਂਕਿ ਉਹ ਬਿਨਾਂ ਕਿਸੇ ਸਕਿੱਲ ਦੇ, ਬਿਨਾਂ ਕਿਸੇ ਚੀਜ਼ ਦੇ ਨਾ ਤਾਂ ਕੰਮ ਕਰਨਾ ਚਾਹੁੰਦੀ ਹੈ, ਔਰ ਨਾਓ ਸ਼ੀ ਐਂਡ ਦ ਯੂ ਨੋ ਬੋਸ ਇਜ਼ ਹੈਵਿੰਗ ਅ ਅਫੇਅਰ ਔਰ ਯੂ ਨੋ ਰਿਲੇਸ਼ਨਸ਼ਿਪ, ਜਦਕਿ ਬੋਸ ਮੈਰਿਡ ਹੈ, ਐਂਡ ਦੋਨੋਂ ਜਣੇ ਇੱਕਦਮ ਮਾਹੌਲ ਉਹਨਾਂ ਨੇ ਪੂਰੇ ਜਿਹੜਾ ਵਰਕਿੰਗ ਏਰੀਆ ਹੈਗਾ ਉਹਦਾ ਬਿਲਕੁਲ ਬੇਕਾਰ ਕਰਤਾ, ਕਿ ਕੁਛ ਵੀ ਲਿਆਉਣਾ ਹੋਏ, ਕੁਛ ਕਰਨਾ, ਜੋ ਸਾਰੇ ਕੰਮ ਮੈਂ ਕਰਦੀ ਸੀ ਉਹ ਹੁਣ ਕ੍ਰੈਡਿਟ ਕਾਰਡ ਵਗੈਰਾ ਸਭ ਕੁਛ ਉਹਦੇ ਹੱਥ ਵਿੱਚ ਹੈ, ਅਤੇ ਹਰ ਚੀਜ਼ ਵਾਸਤੇ ਉਹਨੂੰ ਪੁੱਛਣਾ ਪੈਂਦਾ। ਸੋ ਆਈ ਐਮ ਰੀਅਲੀ ਪਿਸਡ, ਆਈ ਐਮ ਰੀਅਲੀ, ਮੈਨੂੰ ਬਹੁਤ ਬੁਰਾ ਲੱਗ ਰਿਹਾ ਹੈ ਉਸ ਚੀਜ਼ ਦਾ, ਕਿਉਂਕਿ ਮਾਹੌਲ ਮੁਸ਼ਕਿਲ ਹੈ, ਬੜੀ ਛੋਟੀ ਹੈ, ਐਰੋਗੈਂਟ ਹੈ, ਇੱਕ ਤਰ੍ਹਾਂ ਨਾਲ ਬਦਤਮੀਜ਼ ਹੈ, ਗੱਲ ਕਰੋ ਅਤੇ ਮਤਲਬ ਜਵਾਬ ਦਿੰਦੀ ਹੈ ਕਿਉਂਕਿ ਉਹਨੂੰ ਪਤਾ ਕਿ ਯੂ ਨੋ ਬੋਸ ਇਜ਼ ਵਿਦ ਮੀ, ਅਤੇ ਮਾਹੌਲ ਐਸਾ ਹੈ ਕਿ ਮੈਨੂੰ ਲੱਗਦਾ ਕਿ ਹਾਂ ਮੈਂ ਜੋਬ ਛੋੜਦਾ, ਪਰ ਉਹ ਨਹੀਂ ਕਰ ਸਕਦੀ ਕਿਉਂਕਿ ਪਿੱਛੇ ਇਹਨਾਂ ਦੇ ਹਸਬੈਂਡ ਦੀ ਜੋਬ ਚਲੀ ਗਈ, ਉਹਨਾਂ ਨੂੰ ਬੈਂਚ ਕਰਤਾ, ਕੰਪਨੀ ਦਾ ਬੜਾ ਵੱਡਾ ਲੋਸ ਹੋ ਗਿਆ, ਅਤੇ ਉਹਨਾਂ ਨੇ ਇੱਕ ਤਰ੍ਹਾਂ ਨਾਲ ਜਵਾਬ ਦਿੱਤਾ। ਸੋ ਹੀ ਇਜ਼ ਸਿਟਿੰਗ ਐਟ ਹੋਮ, ਹੀ ਇਜ਼ ਔਨ ਅਨਇੰਪਲੋਇਮੈਂਟ ਕਹਿੰਦੇ, ਅਤੇ ਮੈਂ ਇੱਕਦਮ ਬਿਨਾਂ ਜੋਬ ਦੇ ਛੋੜ ਵੀ ਨਹੀਂ ਸਕਦੀ। ਸੋ ਮੈਨੂੰ ਇਹ ਬੜੀ ਪ੍ਰੋਬਲਮ ਹੋਈ ਹੋਈ ਹੈ, ਆਈ ਮੀਨ। ਸੋ ਇਸ ਪੁੱਛ ਰਹੇ ਨੇ ਕਿ ਇਸ ਵੇਲੇ ਮੈਨੂੰ ਕੀ ਕਰਨਾ ਚਾਹੀਦਾ, ਸ਼ੁਡ ਆਈ ਟੈਲ ਔਨ, ਕਿ ਮੈਨੂੰ ਇੱਕ ਤਰ੍ਹਾਂ ਨਾਲ ਕਿਸੇ ਤਰ੍ਹਾਂ ਮੈਂ ਆਪਣਾ ਨਾਮ ਨਾ ਲਵਾਂ, ਮੇਰਾ ਬੜਾ ਦਿਲ ਕਰਦਾ ਕਿ ਮੈਂ ਡਾਕਟਰ ਦੀ ਵਾਈਫ ਨੂੰ ਦੱਸਦਾ ਜਾਂ ਫਿਰ ਕੋਈ ਹੋਰ ਚੀਜ਼ ਕਰ ਲਾਂ, ਬਟ ਮੈਨੂੰ ਹਰ ਵੇਲੇ ਇਸੇ ਚੀਜ਼ ਦਾ ਰਹਿੰਦਾ ਕਿ ਕੋਈ ਮੁਸ਼ਕਿਲ ਨਾ ਪੈ ਜਾਏ। ਸੋ ਹਰ ਵੇਲੇ ਮੈਂ ਖਿੱਚ ਰਹੀ ਹਾਂ ਕੰਮ 'ਤੇ, ਵਿਚ ਇਜ਼ ਨੋਟ ਜੋ ਮੈਂ ਚਾਹੁੰਦੀ ਹਾਂ, ਔਰ ਮੈਂ ਘਰ ਆ ਕੇ ਵੀ ਉਹਦੇ ਬਾਰੇ ਦੱਸਦੀ ਰਹਿੰਦੀ ਹਾਂ ਕਿ ਯਾਰ ਬੜਾ ਔਖਾ ਹੋਇਆ ਹੋਇਆ ਹੈ। ਸੋ ਇਹ ਮੇਰੀ ਲਾਈਫ 'ਚ ਇੰਜ ਨਹੀਂ ਹੋਣਾ ਚਾਹੀਦਾ, ਯੂ ਨੋ ਬਾਕੀ ਸਭ ਕੁਛ ਠੀਕ ਹੈ, ਅਤੇ
ਇਸ ਤਰ੍ਹਾਂ ਵਰਕ ਦਾ ਟੈਨਸ਼ਨ ਔਰ ਸਟ੍ਰੈਸ ਮੈਂ ਘਰ ਨਹੀਂ ਲੈਣਾ ਚਾਹੀਦਾ, ਬਟ ਸਮ ਹਾਓ ਮੈਨੂੰ ਲੱਗ ਰਿਹਾ ਕਿ ਮੈਂ ਇਸ ਚੀਜ਼ ਨੂੰ ਐਂਡ ਕਰਾਂ, ਜਾਂ ਮੈਂ ਕਿਤੇ ਹੋਰ ਚਲੀ ਜਾਂ, ਜਾਂ ਇਹ ਕੁਛ ਬਦਲ ਜਾਏ, ਮੈਨੂੰ ਨਹੀਂ ਪਤਾ ਮੈਂ ਕਿਸ ਤਰ੍ਹਾਂ ਕਰਾਂ, ਕਿਉਂਕਿ ਉਹ ਵੀ ਠੀਕ ਨਹੀਂ ਲੱਗਦਾ, ਉਹ ਵੀ ਬਚਕਾਨਾ ਲੱਗਦਾ ਕਿ ਇਫ ਆਈ ਟੈਲ ਔਨ ਮਾਈ ਕੁਲੀਗ ਕਿ ਮੈਂ ਕਿਸੇ ਨੂੰ ਸ਼ਿਕਾਇਤ ਲਾ ਦਾਂ ਕੁਲੀਗ ਦੀ, ਪਰ ਕਿਤੇ ਲੱਗਦਾ ਕਿ ਹਾਏ ਕਿਸੇ ਤਰ੍ਹਾਂ ਨਾ ਇਹ ਚੀਜ਼ ਖਤਮ ਹੋਣੀ ਚਾਹੀਦੀ। ਸੋ ਪਲੀਜ਼ ਜ਼ਰੂਰ 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 ਦੱਸੋ ਕਿ ਕੀ ਤੁਸੀਂ ਕਹਿ ਰਹੇ ਹੋ। ਸੋ ਰਾਈਟ ਨਾਓ ਕਿਉਂਕਿ ਸਾਡੀ ਕਾਲਸ ਦੀ ਅਸੀਂ ਵੇਟ ਕਰ ਰਹੇ ਹਾਂ, ਐਂਡ ਸਪੈਸ਼ਲੀ ਇਹ ਵੀ ਕਿ ਇਸ ਘੰਟੇ ਦੇ ਵਿੱਚ ਪਿਛਲੇ ਕੁਛ ਸ਼ੋਜ਼ ਤੋਂ ਇਹ ਰਿਕੁਐਸਟ ਵੀ ਆ ਰਹੀ ਹੈ ਕਿ ਟਾਈਮ ਇੰਨਾ ਘੱਟ ਜਾਂਦਾ ਕਿ ਆਈ ਰਾਈਟ ਅਵੇ ਮੈਂ ਤੁਹਾਨੂੰ ਅੱਜ ਦਾ ਕੇਸ ਦੱਸਤਾ, ਪਰ ਮੈਂ ਇੱਕ ਬੜੀ ਜ਼ਰੂਰੀ ਗੱਲ ਵੀ ਕਰਨਾ ਚਾਹੁੰਦੀ ਸੀ ਕਿ ਤੁਹਾਨੂੰ ਯਾਦ ਹੋਣਾ ਸਾਡੇ ਜਦੋਂ ਅਸੀਂ ਕਾਫੀ ਕੁਛ ਦੇਰ ਪਹਿਲੇ ਸਾਰੇ ਡਾਕਟਰ ਮਨਵੀਰ ਸਿੰਘ ਜੀ ਨੂੰ ਜਾਣਦੇ ਨੇ, ਔਰ ਸਾਡੇ ਮਤਲਬ ਇੰਸੀਡੈਂਟਲੀ ਯਾ ਡਾਕਟਰ ਦੀ ਗੱਲ ਕਰ ਰਿਹਾ, ਬਟ ਫਸਟ ਬੜੀ ਦੇਰ ਤੋਂ ਉਹਨਾਂ ਦਾ ਸਾਡਾ ਆਉਂਦਾ ਸੀਗਾ, ਯੂ ਨੋ ਅੱਜ ਉਹ ਅੱਜ ਮਤਲਬ ਇਹਨਾਂ ਦਿਨਾਂ 'ਚ ਪਿਛਲੇ ਦਿਨਾਂ 'ਚ ਪ੍ਰੋਮੀਨੈਂਟ ਸਿੱਖਸ ਆਫ ਨਿਊਯਾਰਕ ਸੋਰੀ USA ਪੂਰੇ ਅਮੈਰੀਕਾ ਦੇ ਵਿੱਚ ਨੌਰਥ ਅਮੈਰੀਕਾ ਦੇ ਉਹ ਯੂ ਨੋ ਸਿਲੈਕਟ ਹੋਏ ਨੇ ਬੜੇ ਸਾਰੇ ਹੋਰ ਸਿੱਖਾਂ ਦੇ ਵਿੱਚ। ਸੋ ਸਾਨੂੰ ਬਹੁਤ ਗਰਵ ਹੈ ਉਹਨਾਂ 'ਤੇ। ਸੋ ਉਹਨਾਂ ਨੂੰ ਮੈਂ ਸਾਰਿਆਂ ਨੂੰ ਤੁਹਾਡੇ ਆਪਣੇ ਪਰਿਵਾਰ ਦੇ ਉਹ ਖਾਸ ਮੈਂਬਰ ਨੇ ਤੁਸੀਂ ਸਾਰੇ ਜਾਣਦੇ ਹੋ, ਇਸ ਪਿੱਛੇ ਮੈਂ ਜ਼ਰੂਰ ਦੱਸਣਾ ਚਾਹੁੰਦੀ ਸੀ ਇਹ। ਸੋ ਦੋਨੋਂ ਗੱਲਾਂ ਕਿਤੇ ਮਿਕਸ ਨਾ ਕਰ ਦਿਓ, ਇੱਕ ਕੇਸ ਹੈਗਾ ਅਤੇ ਬਾਕੀ ਡਾਕਟਰ ਮਨਵੀਰ ਸਿੰਘ ਨਾਲ ਅਸੀਂ ਦੀ ਗੱਲ ਕਰ ਰਿਹਾ ਸੀ ਕਿ ਉਹ ਅਸੀਂ ਬਹੁਤ ਗਰਵ ਹੈ ਸਾਨੂੰ ਉਹਨਾਂ 'ਤੇ ਕਿਉਂਕਿ ਉਹ ਹੋਰ ਵੀ ਇਹ ਨਹੀਂ ਕਿ ਸਿਰਫ ਸਿੱਖ ਕਮਿਊਨਿਟੀ ਦੇ ਵਿੱਚ ਹੀ ਇੰਨਾ ਵਿਚਰਦੇ ਨੇ, ਬਟ ਬਾਹਰ ਵੀ ਇੱਕ ਪੱਗ ਦਿਖਦੀ ਹੈ, ਇੱਕ ਇੰਡੀਅਨ ਡਾਕਟਰ ਦਿਖਦਾ ਹੈ, ਔਰ ਯੂ ਨੋ ਪਰੇਡ ਇੱਕ ਤਰ੍ਹਾਂ ਨਾਲ ਉਹਨਾਂ ਨੇ ਪਿੱਛੇ ਲੀਡ ਕੀਤੀ ਸੀਗੀ ਬੇਕਰਸਫੀਲਡ ਦੇ ਵਿੱਚ। ਸੋ ਵੀ ਆਰ ਸੋ ਪ੍ਰਾਊਡ ਆਫ ਹਿਮ ਐਂਡ ਆਈ ਰੀਅਲੀ ਕੰਗਰੈਚੁਲੇਟ ਹਿਮ, ਕਿਉਂਕਿ ਅੱਜ ਅਸੀਂ ਸਾਰੇ ਪਰਿਵਾਰ 'ਚ ਬੈਠੇ ਹਾਂ ਔਰ ਸਾਰੇ ਮੋਸਟਲੀ ਮੇ ਬੀ ਨਵੇਂ ਵਿਊਅਰਸ ਨਾ ਜਾਣਦੇ ਹੋਣ ਪਰ ਸਾਰੇ ਪੁਰਾਣੇ ਜਾਣਦੇ ਨੇ ਕਿ ਕਾਫੀ 5-7 ਸਾਲ ਹੀ ਵਾਜ਼ ਆਲਮੋਸਟ ਦ ਫਸਟ ਕਾਲਰ ਐਂਡ ਬਹੁਤ ਹੀ ਜਿਹੜੇ ਵੈਲਿਊਬਲ ਇਨਪੁੱਟ ਹੁੰਦੀ ਸੀ ਉਹਨਾਂ ਦੀ ਕਿਸੇ ਵੀ ਕੇਸ ਦੇ ਬਾਰੇ, ਔਰ ਫਿਰ ਉਹ ਮੇਰੇ ਵਾਸਤੇ ਬਹੁਤ ਵਧੀਆ ਸੀ ਕਿਉਂਕਿ ਇੱਕ ਰੈਕਰਡ ਵੀ ਰੱਖਿਆ ਜਾ ਰਿਹਾ ਸੀ, ਉਹ ਈਮੇਲ ਲਿਖਦੇ ਹੁੰਦੇ ਸੀ ਉਸ ਤੋਂ ਬਾਅਦ ਆਫਟਰ ਦ ਕੇਸ। ਸੋ ਆਈ ਰੀਅਲੀ ਮਿਸ ਹਿਮ ਔਨ ਦ ਸ਼ੋ, ਐਂਡ ਤੁਸੀਂ ਸਾਰੇ ਜ਼ਰੂਰ ਯੂ ਨੋ ਉਹਨਾਂ ਨੂੰ ਕੋਂਗਰੈਚੁਲੇਟ ਜਿਸ ਤਰ੍ਹਾਂ ਵੀ ਯੂ ਨੋ ਕਰ ਸਕਦੇ ਹੋ, ਜੇ ਕੋਈ ਜਾਣਦਾ ਹੈ ਫੋਨਸ ਈਮੇਲ ਜ਼ਰੂਰ ਮੈਨੂੰ ਲੱਗਦਾ ਕਰੋ, ਐਂਡ ਪ੍ਰੋਮੀਨੈਂਟ ਸਿੱਖਸ ਆਫ ਅਮੈਰੀਕਾ ਦੇ ਵਿੱਚੋਂ ਵਨ ਆਫ ਦ ਜਿਹੜੇ ਸਿਲੈਕਟਡ ਹੈਗੇ ਆ ਉਹ। ਐਂਡ ਬਾਏ ਦ ਵੇ ਕੋਂਗਰੈਚੁਲੇਸ਼ਨਸ ਤਾਂ ਪੈਨੀ ਜੀ ਦੀ ਵੀ ਬਣਦੀ ਹੈ ਕਿਉਂਕਿ ਪੈਨੀ ਜੀ ਵੀ ਵਨ ਆਫ ਦ ਪ੍ਰੋਮੀਨੈਂਟ ਸਿੱਖਸ ਦੇ ਵਿੱਚ ਸਿਲੈਕਟ ਹੋਏ ਨੇ, ਐਂਡ ਓਵਰਆਲ ਤੁਹਾਨੂੰ ਪਤਾ ਹੈ ਕਿ ਫਸਟ ਇੰਡੀਅਨ ਪੰਜਾਬੀ ਚੈਨਲ ਉਹਨਾਂ ਨੇ ਸ਼ੁਰੂ ਕੀਤਾ ਜਸ ਪੰਜਾਬੀ, ਐਂਡ ਆਈ ਐਮ ਸੋ ਪ੍ਰਾਊਡ ਆਫ ਹਰ ਐਜ਼ ਵੈਲ ਐਜ਼ ਕਿ ਸ਼ੁਕਰ ਹੈ ਵਿਮੈਨ ਯੂ ਨੋ ਕਿ ਉਹਨਾਂ ਨੂੰ ਵੀ ਕ੍ਰੈਡਿਟ ਦਿੱਤਾ, ਬਿਕੋਜ਼ ਆਈ ਨੋ ਮੈਨੂੰ ਗਿਲਾ ਹੈ ਕਿ ਇੰਨੇ ਬੰਦੇ ਅਸੀਂ ਕਰਦੇ ਹਾਂ ਪਰ ਕਿਤੇ ਨਾ ਕਿਤੇ ਔਰਤਾਂ ਦੀ ਜਿਹੜਾ ਕੰਟਰੀਬਿਊਸ਼ਨ ਹੈ ਉਹ ਕਿਤੇ ਸਾਈਡ ਲਾਈਨ 'ਤੇ ਰਹਿ ਜਾਂਦੀ ਹੈ, ਉਹ ਇੰਨਾ ਕ੍ਰੈਡਿਟ ਉਹਨਾਂ ਨੂੰ ਮਿਲਦਾ ਨਹੀਂ ਹੈ। ਸੋ ਸ਼ੀ ਇਜ਼ ਵਨ ਆਫ ਦੋਜ਼ ਜਿਹੜੇ ਕਿ ਬਿਲਕੁਲ ਇਗਨੋਰ ਨਹੀਂ ਕਰ ਸਕਦੇ ਤੁਸੀਂ ਕਿ ਉਹਨਾਂ ਦਾ ਬੇਸਿਕਲੀ ਮੈਨੂੰ ਲੱਗੇ ਅਤੇ ਕੰਪਟੀਸ਼ਨ ਹੀ ਨਹੀਂ ਹੈ, ਸ਼ੀ ਵਾਜ਼ ਦ ਓਨਲੀ ਵਨ ਹੂ ਕੁੱਡ ਡੂ ਦਿਸ। ਕਿੰਨੀ ਦੇਰ ਤੋਂ ਪੰਜਾਬੀ ਚੈਨਲ ਖੋਲ੍ਹਣ ਦੀ ਇੱਕ ਗੱਲ ਇੱਕ ਡਿਸਕਸ਼ਨ ਚੱਲਦੀ ਆਈ ਸੀ ਕਮਿਊਨਿਟੀ 'ਚ, ਪਰ ਹੂ ਕੁੱਡ ਡੂ ਇਟ ਵਾਜ਼ ਹਰ। ਸੋ ਆਈ ਕੰਗਰੈਚੁਲੇਟ ਬੋਥ ਆਫ ਦੈਮ ਐਂਡ ਸੋ ਮੈਨੀ ਮੋਰ ਹੂ ਆਈ ਨੋ, ਬਟ ਅੱਜ ਮੈਂ ਖਾਸ ਤੌਰ 'ਤੇ ਕਿਉਂਕਿ ਮੈਨੂੰ ਇੰਨਾ ਪਤਾ ਕਿ ਤੁਸੀਂ ਸਾਰੇ ਇਹਨਾਂ ਦੋਨਾਂ ਨੂੰ ਜਾਣਦੇ ਹੋ, ਇਸ ਪਿੱਛੇ ਮੈਂ ਉਹਨਾਂ ਨੂੰ ਕੰਗਰੈਚੁਲੇਟ ਕਰ ਰਹੀ ਹਾਂ ਤੁਹਾਡੇ ਨਾਲ। ਐਂਡ ਗੈਟਿੰਗ ਬੈਕ ਟੂ ਮਾਈ ਕੇਸ, ਜਿਹੜਾ ਕਿ ਅੱਜ ਦਾ ਕੇਸ ਹੈਗਾ ਉਹਦੇ ਬਾਰੇ ਇੱਕ ਵਰਕ ਦੀ ਜਿਹੜੀ ਯੂ ਨੋ ਕੰਮ ਦੇ ਉੱਤੇ ਡਿਲੈਮਾ ਇੱਕ ਯੰਗ ਇੰਪਲੋਈ ਦਾ ਹੈਗਾ, ਉਹ ਪੁੱਛ ਰਹੇ ਨੇ ਕਿ ਕੰਮ 'ਤੇ ਮੇਰਾ ਮਾਹੌਲ ਇਸ ਤਰ੍ਹਾਂ ਖਰਾਬ ਹੋਇਆ ਕਿਉਂਕਿ ਇੱਕ ਨਵੀਂ ਕੁੜੀ ਉਹਨੇ ਇੱਕ ਮਾਹੌਲ ਖਰਾਬ ਕੀਤਾ ਹੋਇਆ। ਸੋ ਪਲੀਜ਼ ਉਸ ਦੇ ਬਾਰੇ ਜ਼ਰੂਰ ਗੱਲ ਕਰੋ, ਕਾਲ ਕਰੋ ਸਾਡੇ ਨਾਲ, ਐਂਡ ਦੱਸੋ ਕਿ ਕੀ ਲੱਗਦਾ ਹੈ ਤੁਹਾਨੂੰ, ਕੀ ਕਰਨਾ ਚਾਹੀਦਾ ਹੈ ਇਸ ਲੇਡੀ ਨੂੰ। ਬੜੇ ਤਰ੍ਹਾਂ ਦੇ ਸਵਾਲ ਜਵਾਬ ਉਹਨਾਂ ਦੇ ਮਨ ਵਿੱਚ ਚੱਲ ਰਹੇ ਨੇ ਕਿ ਮੈਂ ਇਗਨੋਰ ਕਰਨਾ ਚਾਹੀਦਾ, ਮੈਨੂੰ ਉਹਨਾਂ ਦੀ ਪ੍ਰੋਬਲਮ ਹੈ, ਮੈਨੂੰ ਨਹੀਂ ਹੋਣਾ ਚਾਹੀਦਾ, ਪਰ ਕਹਿੰਦੇ ਕਿ ਮੈਨੂੰ ਦਿਖਦਾ ਹੈ ਕਿ ਮੈਂ ਮੇਰੀ ਜਿਹੜੀ ਥੋੜ੍ਹੀ ਯੂ ਨੋ ਚਲਦੀ ਸੀ ਆਫਿਸ ਵਿੱਚ ਉਹ ਵੀ ਬਿਲਕੁਲ ਇੱਕ ਤਰ੍ਹਾਂ ਖੋਈ ਗਈ ਕਿਉਂਕਿ ਮੈਂ ਇੱਕ ਲੀਡ ਕਰ ਰਹੀ ਸੀ, ਇੱਕ ਮੈਨੇਜ ਕਰ ਰਹੀ ਸੀਗੀ, ਔਰ ਹੁਣ ਮੈਂ ਬਿਲਕੁਲ ਕੁਛ ਨਹੀਂ, ਹੁਣ ਮੈਨੂੰ ਹਰ ਚੀਜ਼ ਵਾਸਤੇ ਪੁੱਛਣਾ ਪੈਂਦਾ। ਸੋ ਬੜੀ ਸਾਰੀਆਂ ਇੱਕ ਪਰਸਨਲ ਐਂਡ ਯੂ ਨੋ ਐਟਮੋਸਫਰਿਕ ਜਿਹੜੀ ਉਹ ਗੱਲ ਦੱਸ ਰਹੇ ਨੇ ਕਿ ਇੱਕ ਮਾਹੌਲ ਚੰਗਾ ਨਹੀਂ ਹੈ, ਇਹਦੇ ਬਾਰੇ ਉਹਨਾਂ ਦਾ ਸਵਾਲ ਹੈ। ਇੰਝ ਕਰਦੀ ਹਾਂ
ਤੁਸੀਂ ਸੋਚ ਕੇ ਰੱਖੋ, ਕਾਲ ਜ਼ਰੂਰ ਮਿਲਾਓ। ਮੈਂ ਲੈਣੀ ਹੈ ਇੱਕ ਛੋਟੀ ਜਿਹੀ ਬ੍ਰੇਕ। ਸਾਰਿਆਂ ਦਾ ਫਿਰ ਸਵਾਗਤ ਹੈ। ਗੱਲ ਹੋ ਰਹੀ ਹੈ ਇਸ ਯੰਗ ਇੰਪਲੋਈ ਨਾਲ, ਜਿਹੜੀ ਕਿ ਆਪਣੀ ਵਰਕ ਪਲੇਸ 'ਤੇ ਜਿੱਥੇ ਉਹ ਕੰਮ ਕਰਦੇ ਨੇ ਉੱਥੇ ਦੇ ਮਾਹੌਲ ਬਾਰੇ ਗੱਲ ਕਰ ਰਹੇ ਨੇ ਕਿ ਅੱਛਾ ਮਾਹੌਲ ਨਹੀਂ। ਇੱਕ ਕੁਲੀਗ ਜਿਹੜੀ ਕਿ ਇੱਕ ਕਹਿ ਸਕਦੇ ਹਾਂ ਕਿ ਗਲਤ ਰਿਲੇਸ਼ਨਸ਼ਿਪ ਵਿਦ ਦ ਬੌਸ, ਪਰ ਉਹਦੇ ਇਲਾਵਾ ਕਹਿੰਦੀ ਮੈਂ ਸੋਚਾਂ ਕਿ ਹਾਂ ਮੈਨੂੰ ਨਹੀਂ ਫਰਕ ਪੈਣਾ ਚਾਹੀਦਾ, ਫੋਰਗੇਟ ਇਟ। ਪਰ ਉਹ ਇੱਕ ਤਰ੍ਹਾਂ ਨਾਲ ਬੌਸ ਬਣ ਰਹੀ ਹੈ, ਮੱਚ ਯੰਗਰ, ਵਿਦ ਨੋ ਸਕਿੱਲ, ਕੋਈ ਸਕਿੱਲ ਨਹੀਂ ਹੈਗੀ, ਪਰ ਇੱਕ ਤਰ੍ਹਾਂ ਨਾਲ ਬੌਸ ਬਣ ਰਹੀ ਹੈ। ਔਰ ਹਰ ਵੇਲੇ ਦਾ ਜਿਹੜਾ ਮਾਹੌਲ ਹੈ ਕਿ ਕੁਛ ਕਰਨਾ ਹੈ ਉਹਨੂੰ ਕਹਿਣਾ ਹੈ ਅਤੇ ਉਹਨੇ ਇਸ ਤਰ੍ਹਾਂ ਕਰਨਾ ਹੈ ਕਿ ਯੂ ਨੋ ਮੈਂ ਨਹੀਂ ਕਰਾਂਗੀ ਜਾਂ ਮੈਂ ਕਰਾਂਗੀ ਨਹੀਂ ਕਰਾਂਗੀ, ਮੈਨੂੰ ਕੋਈ ਫਰਕ ਨਹੀਂ ਪਏਗਾ, ਮੈਨੂੰ ਕੋਈ ਪੁੱਛਣ ਵਾਲਾ ਨਹੀਂ ਇੱਥੇ। ਸੋ ਉਸ ਤਰ੍ਹਾਂ ਦਾ ਮਾਹੌਲ ਉਹਨੂੰ ਲੱਗਦਾ ਹੈ ਕਿ ਬਾਕੀ ਵੀ ਸਾਰੇ ਜਿਹੜੇ ਇੰਪਲੋਈਜ਼ ਹੈ ਉਹ ਤੰਗ ਵੀ ਨੇ ਔਰ ਇੱਕ ਮਾਹੌਲ ਵੀ ਖਰਾਬ ਹੋ ਰਿਹਾ, ਕਿਉਂਕਿ ਉਹ ਕਹਿੰਦੇ ਕਿ ਉਹ ਨਹੀਂ ਕਰਦੀ, ਅਤੇ ਜਦਕਿ ਇਹ ਮੈਨੇਜ ਕਰ ਰਹੇ ਸੀ ਔਰ ਹੁਣ ਮੈਨੇਜਮੈਂਟ ਵੀ ਇਨ ਅ ਵੇ ਇਹਨਾਂ ਦੇ ਹੱਥ 'ਚ ਨਹੀਂ ਹੈ। ਸੋ ਜੋਬ ਛੋੜਨ ਦੀ ਆਪਸ਼ਨ ਇਹਨਾਂ ਨੂੰ ਨਹੀਂ ਲੱਗ ਰਹੀ ਇਸ ਵੇਲੇ, ਕਿਉਂਕਿ ਇਹਨਾਂ ਦੇ ਹਸਬੈਂਡ ਦੀ ਜਿਹੜੀ ਹੈ ਜੋਬ ਇਸ ਵੇਲੇ ਯੂ ਨੋ ਨਹੀਂ ਹੋਈ, ਮਿਸਿੰਗ ਹੈ ਇਸ ਵੇਲੇ। ਸੋ ਤੁਸੀਂ ਦੱਸੋ ਕੀ ਕਹਿੰਦੇ ਹੋ। ਲੈਟ ਮੀ ਟੇਕ ਮਾਈ ਫਸਟ ਕਾਲ, ਇਹਨਾਂ ਨੂੰ ਪੁੱਛਦੇ ਹਾਂ ਕੀ ਕਹਿ ਰਹੇ ਨੇ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜਸਪ੍ਰੀਤ ਜੀ, ਦੱਸੋ ਕੀ ਕਹਿੰਦੇ ਹੋ, ਥੈਂਕ ਯੂ ਫੋਰ ਕਾਲਿੰਗ। ਥੈਂਕ ਯੂ ਜੀ, ਤੇ ਮੈਂ ਕਹਾਂਗੀ ਸਭ ਸਿਚੁਏਸ਼ਨ ਹੈਗੀ ਆ, ਸੌਰੀ ਠੀਕ ਹੈ, ਮੈਂ ਕਿਹਾ ਸਭ ਸਿਚੁਏਸ਼ਨ ਹੈਗੀ ਆ। ਹਾਂਜੀ ਹਾਂਜੀ, ਯੂ ਨੋ ਇੱਕ ਦੂਜੇ ਨੂੰ ਦੋਨਾਂ ਦਾ ਫਾਇਦਾ ਹੋ ਰਿਹਾ ਹੈਗਾ, ਓਕੇ, ਉਹ ਖਾ ਦੂਜੇ ਨੂੰ ਵਰਤ ਰਹੇ ਹੈਗੇ ਇੱਦਾਂ, ਤੇ ਮੈਂ ਕਹਾਂਗੀ ਜੇ ਸਮਹਾਉ ਉਹਦੀ ਉਹਨਾਂ ਦੀ ਵਾਈਫ ਨੂੰ ਪਤਾ ਲੱਗ ਜਾਏ ਨਾ, ਜੇ ਗੱਲ ਕਰ ਸਕਦੇ ਜਾਂ ਪ੍ਰਾਈਵੇਟਲੀ ਉਹਨਾਂ ਨੂੰ ਦੱਸ ਸਕਦੇ, ਆਈ ਥਿੰਕ ਡੈਫੀਨੇਟਲੀ ਉਹਨਾਂ ਦੇ ਵਾਈਫ ਨੂੰ ਪਤਾ ਹੋਣਾ ਚਾਹੀਦਾ, ਤੇ ਲੈਟ ਹਰ ਡੀਲ, ਵਾਈਫ ਕੁਛ ਕਰੇ ਇਸ ਚੀਜ਼ ਬਾਰੇ, ਤੇ ਜੇ ਉਹਨਾਂ ਨੂੰ ਸਾਰਾ ਸਿਚੁਏਸ਼ਨ ਪਤਾ ਲੱਗ ਗਿਆ ਜਾਂ ਸਿਚੁਏਸ਼ਨ ਕਿ ਉਸ ਵਿੱਚ ਤੁਸੀਂ ਇਨਵੋਲਵ ਹੁੰਦੇ ਹੋ ਤਾਂ ਫਸਦੇ ਹੋ, ਜੇ ਨਹੀਂ ਇਨਵੋਲਵ ਹੁੰਦੇ ਤਾਂ ਤੁਸੀਂ ਯੂ ਨੋ ਫਰਸਟ੍ਰੇਟ ਹੋ ਰਹੇ ਹੋ। ਸੋ ਲੈਟਸ ਸੀ ਹੋਰ ਕੀ ਕਹਿੰਦੇ, ਤੁਹਾਨੂੰ ਵੀ ਕੁਝ ਹੋਰ ਧਿਆਨ ਆਏ ਤੇ ਜ਼ਰੂਰ ਕਾਲ ਬੈਕ ਕਰੋ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਅਰਵਿੰਦ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਗੁਰਦੀਪ ਜੀ, ਹਾਂਜੀ ਦੱਸੋ। ਹਾਂਜੀ, ਮੇਰੇ ਨਾਲ ਸੇਮ ਕਿੱਸਾ ਹੋ ਚੁੱਕਿਆ ਜੀ, ਮੈਂ ਦੱਸਣਾ ਚਾਹਣਾ ਥੋੜਾ ਜਿਹਾ, ਫਿਰ ਮੈਂ ਦੱਸਾਂਗਾ। ਓ ਰੀਲੀ, ਕੀ ਕਰਨਾ? ਹਾਂਜੀ, ਮੈਂ ਡੀਲਰਡ ਜਿਹੜੀ ਕੰਪਨੀ ਹੈ ਤੇ ਉਹਦੇ ਵਿੱਚ ਕੰਮ ਕਰਦਾ ਹੁੰਦਾ ਸੀ, ਅੱਜ ਤੋਂ 15-20 ਸਾਲ ਪਹਿਲਾਂ ਦੀ ਗੱਲ ਹੈ। ਠੀਕ ਹੈ। ਮੇਰੀ ਜਿਹੜੀ ਮੇਰੀ ਮੈਨੇਜਰ ਸੀ ਉਹ ਡਾਕ 'ਚ ਮੈਂ ਕੰਮ ਕਰਦਾ, ਜਿੱਥੇ ਟਰੱਕ ਲੋਡ ਤੇ ਅਨਲੋਡ ਹੁੰਦੇ ਆ, ਬਹੁਤ ਹੈਵੀ ਕੰਮ ਹੁੰਦਾ, ਤੇ ਮੈਂ ਅਸੀਂ ਦੋ ਹੀ ਬੰਦੇ ਸੀ, ਬਾਕੀ ਸਾਰੀਆਂ ਬੁੜੀਆਂ ਸੀਗੀਆਂ। ਅੱਛਾ। ਤੇ ਉੱਥੇ ਮੈਨੂੰ ਉਹਦਾ ਜਿਹੜਾ ਫਰੈਂਡ ਸੀ ਜਿਹਨੂੰ ਉਹ ਬਹੁਤ ਚਾਹੁੰਦੀ ਸੀ, ਉਹ ਉਹਨੂੰ ਟਰੱਕ 'ਚ ਕਦੇ ਨਹੀਂ ਵਾੜਦੀ ਸੀ, ਐਵਰੀ ਡੇ ਦੋ ਹੀ ਬੰਦੇ ਸੀ, ਮੈਨੂੰ ਵੜਦੀ ਸੀ। ਔਰ ਸਾਰਾ ਟਰੱਕ ਐਡਾ ਲੰਬਾ ਹੁੰਦਾ, ਦੇਖੋ ਉਹਦੇ 'ਚ ਕਿੰਨਾ ਸਮਾਨ ਹੁੰਦਾ, ਵੱਡੇ ਵੱਡੇ ਹੈਵੀ ਬਾਕਸ ਹੁੰਦੇ ਆ, ਉਹ ਸਾਰਾ ਮੈਂ ਚੱਕ ਕੇ ਮਾਲ ਤੇ ਰੱਖਦਾ ਸੀ, ਤੇ ਮੋਹਰੇ ਲੇਡੀਜ਼ ਜਿਹੜੀਆਂ ਸੀ ਉਹ ਸਾਰੀਆਂ ਉਹਨੂੰ ਮਾਲ ਤੋਂ ਚੱਕ ਚੱਕ ਕੇ ਅਲੱਗ ਅਲੱਗ ਡਿਪਾਰਟਮੈਂਟ 'ਚ ਰੱਖਦੀਆਂ ਸੀ ਜੀ। ਤੇ ਪਰ ਅੰਦਰ ਮੈਂ ਪਸੀਨੋ ਪਸੀਨੀ ਪੂਰਾ ਟਰੱਕ ਐਵਰੀ ਡੇ ਮੈਂ ਦੋ ਦੋ ਟਰੱਕ ਅਨਲੋਡ ਕਰਦਾ ਸੀ, ਔਰ ਜੇ ਮੈਂ
ਕੰਪਿਊਟਰ ਜਾਂਦਾ ਸੀ ਤਾਂ ਮੈਨੂੰ 2 ਸਕਿੰਟ ਬਾਅਦ ਹੀ ਕਾਲ ਕਰ ਦਿੰਦੀ ਸੀ ਵੀ ਤੂੰ ਇੰਨੀ ਛੇਤੀ ਦੇਰ ਕਿਉਂ ਲਾਤੀ। ਮੈਂ ਬੜਾ, ਪਰ ਮੈਨੂੰ ਇੱਕ ਉੱਥੇ ਫਾਇਦਾ ਇਹ ਹੋਇਆ ਕਿ ਮੈਨੂੰ ਰੀਝ ਦੀ ਦਰਦ ਹੁੰਦੀ ਸੀ ਮੇਰੀ ਲੱਤ ਵਿੱਚ ਬਹੁਤ ਜ਼ਿਆਦਾ, ਤੇ ਪਹਿਲਾਂ ਮੇਰੇ ਕੋਲ ਤੁਰਿਆ ਨਹੀਂ ਸੀ ਜਾਂਦਾ, ਪਰ ਜਦੋਂ ਮੈਂ ਟਰੱਕ ਅਨਲੋਡ ਕੀਤੇ 1 ਮਹੀਨੇ ਬਾਅਦ ਮੇਰੀ ਰੀਝ ਦੀ ਬਿਮਾਰੀ ਖਤਮ ਹੋ ਗਈ। ਤਾਂ ਉਹ ਕਹਿੰਦੇ ਨਾ ਕੁੱਬੇ ਦੇ ਮਾਰੀ ਲੱਤ ਤੇ ਕੁੱਬੇ ਦੇ ਆ ਗਈ ਬਾਹਰ, ਉਹ ਹਿਸਾਬ ਹੋਇਆ। ਰੀਝ ਦੀ ਦਰਦ ਮੇਰੇ ਅੱਜ ਤੱਕ ਨਹੀਂ ਹੋਈ, ਪਰ ਉਹ ਲੇਡੀ ਨੇ ਮੇਰੇ ਨਾਲ ਇੰਨਾ ਡਿਸਕ੍ਰਿਮੀਨੇਸ਼ਨ ਕੀਤਾ। ਫਿਰ ਮੇਰਾ ਉੱਥੇ ਵਜ਼ਨ ਘੱਟ ਗਿਆ 20 ਪਾਉਂਡ। ਫਿਰ ਮੈਂ ਕਿਹਾ ਵੀ ਚਲੋ ਟਿਕੇ ਰਹੋ, ਇੱਕ ਤਾਂ ਮੇਰਾ ਵਜ਼ਨ ਘੱਟ ਗਿਆ ਯਾਰ, ਇੱਕ ਮੇਰੀ ਲੱਤ ਜਿਹੜੀ ਰੀਂਹ ਤੋਂ ਮੈਂ ਇੰਨਾ ਦੁਖੀ ਸੀ ਉਹ ਠੀਕ ਹੋ ਗਈ, ਤੇ ਮੈਂ ਇਸ ਚੱਕਰ ਤੇ ਚਲੋ ਵਜ਼ਨ ਤਾਂ ਘੱਟ ਰਿਹਾ, ਮੇਰਾ ਫਾਇਦਾ ਕੁਛ ਹੋ ਗਿਆ, ਲਗਾ ਰਿਹਾ। ਪਰ ਮੈਨੂੰ ਦਿਲੋਂ ਬਹੁਤ ਦੁੱਖ ਹੁੰਦਾ ਸੀ, ਉਹਨੂੰ ਉਧਰ ਉਧਰ ਕਰ ਦਿੰਦੀ ਸੀ ਛੋਟੇ ਮੋਟੇ ਕੰਮਾਂ ਚ, ਤੇ ਮੈਨੂੰ ਉਹਨੇ ਯੂਜ਼ ਕਰਨਾ ਜਿੱਥੇ ਹੈਵੀ ਕੰਮ ਹੈ ਪੂਰਾ। ਫਾਇਦਾ ਮੇਰੇ ਸਰੀਰ ਨੂੰ ਤਾਂ ਹੋਇਆ, ਪਰ ਅੰਦਰ ਦਿਮਾਗ ਮੇਰਾ ਬਹੁਤ ਰੈਸਟਲੈਸ ਹੋ ਗਿਆ। ਮੈਂ ਤਾਂ ਫਿਰ ਅਰਵਿੰਦ ਦੀ ਸ਼ੋਟ ਚ ਦੱਸਾਂ, 2 ਸਾਲ ਮੈਂ ਜੋਬ ਕੀਤੀ, ਮੈਂ ਛੱਡਤੀ ਫਿਰ। ਮੈਨੂੰ ਪਤਾ ਸੀ ਕਿ ਇਹਦਾ ਇੱਥੇ ਕਬਜ਼ਾ ਬਹੁਤ ਹੈ, ਉੱਪਰ ਕਿਸੇ ਨੇ ਨਹੀਂ ਸੁਣਨੀ ਮੇਰੀ, ਮੈਂ ਤੇ ਕਰਮਚਾਰੀਆਂ, ਇਹ ਤੇ ਇੱਥੇ ਇਹ ਮੈਨੇਜਰ ਇੰਨੀ ਤਕੜੀ ਸੀ, ਉਹ ਵੈਸੇ ਉਹ ਕੰਮ ਕਾਰ ਦੀ ਉਹ ਪੂਰੀ ਨੌਲੇਜ ਸੀ ਉਹਨੂੰ, ਬਹੁਤ ਤਕੜੀ ਸੀ ਉਹ ਮੈਨੇਜਰ, ਇਹ ਚ ਕੋਈ ਸ਼ੱਕ ਨਹੀਂ। ਪਰ ਉਹ ਮੈਨੂੰ ਉਹਨੇ ਬਹੁਤ ਤੰਗ ਕੀਤਾ, ਮੈਂ ਤਾਂ ਫਿਰ ਕੁਇਟ ਕਰਤਾ। ਉਹ ਤੋਂ ਬਾਅਦ ਮੈਂ ਦੂਜੀ ਜੋਬ ਕੀਤੀ ਹੋਸਪਿਟਲ ਚ, ਉੱਥੇ ਵਧੀਆ ਰਹਿ ਗਿਆ। ਸੋ ਇਹਨੂੰ ਵੀ ਮੇਰੇ ਹਿਸਾਬ ਨਾਲ ਜਿੱਦਾਂ ਮੈਂ ਕੀਤਾ, ਮੈਂ ਤਾਂ ਇਹੀ ਕਹਿ ਸਕਦਾ ਇਹਨੂੰ ਕੁਇਟ ਕਰ ਦੇਣਾ ਚਾਹੀਦਾ। ਸਟ੍ਰੈਸ ਬਹੁਤ ਭੈੜੀ ਚੀਜ਼ ਆ। ਮੇਰਾ ਤਾਂ ਫਾਇਦਾ ਹੋ ਰਿਹਾ ਸੀ, ਮੇਰਾ ਵਜ਼ਨ ਵੀ ਘੱਟ ਰਿਹਾ ਸੀ, ਉੱਥੇ ਮੇਰੀ ਰੀਹ ਵੀ ਠੀਕ ਹੋ ਗਈ, ਪਰ ਇਹਦਾ ਤਾਂ ਕੋਈ ਫਾਇਦਾ ਹੀ ਨਹੀਂ ਹੋ ਰਿਹਾ। ਇਹ ਕਾਹਨੂੰ ਸਟ੍ਰੈਸ ਲੈਂਦੀ ਹੈ, ਜੇ ਇੰਨੀ ਨੌਲੇਜ ਵਾਲੇ ਇਹਨੇ ਸਾਰਾ ਕੰਮ ਸਿੱਖਿਆ ਜਿੱਦਾਂ ਤੁਸੀਂ ਦੱਸਿਆ, ਇਹਨੂੰ ਛੱਡ ਦੇਣਾ ਚਾਹੀਦਾ, ਹੋਰ ਬਥੇਰੀਆਂ ਜੱਬਾਂ। ਥੈਂਕ ਯੂ ਜੀ, ਥੈਂਕ ਯੂ ਸੋ ਮਚ ਜੀ, ਥੈਂਕ ਯੂ। ਸੋ ਇਨ ਅ ਵੇ ਯੂ ਨੋ, ਕੋਈ ਵੀ ਐਸੀ ਸਿਚੁਏਸ਼ਨ ਆ ਸਕਦੀ ਹੈ ਜਿਹਦੇ 'ਚ ਤੁਸੀਂ ਕੁਲੀਗ ਕਰਕੇ ਆਪਣੀ ਜਿਹੜੀ ਲਿਆਕਤ ਹੈ, ਸਕਿੱਲ ਹੈ, ਉਹਦੇ ਬਾਵਜੂਦ ਤੁਸੀਂ ਉਹ ਕ੍ਰੈਡਿਟ ਨਹੀਂ ਮਿਲਦਾ, ਜਾਂ ਫਿਰ ਦੂਸਰੇ ਨੂੰ ਬਿਨਾਂ ਗੱਲ ਤੋਂ ਹੀ ਮਿਲੀ ਜਾ ਰਿਹਾ। ਇਹ ਬੜੀ ਫਰਸਟ੍ਰੇਟਿੰਗ ਸਿਚੁਏਸ਼ਨਸ ਹੋ ਸਕਦੀਆਂ, ਜਿਵੇਂ ਗੁਰਦੀਪ ਜੀ ਵੀ ਕਹਿ ਰਹੇ ਹਨ ਕਿ ਮੈਨੂੰ ਬੜਾ ਮੈਂਟਲ ਅਨਰੈਸਟ ਜ਼ਰੂਰ ਸੀ। ਇਹ ਭਾਵੇਂ ਕਹਿ ਰਹੇ ਹਾਂ ਫਾਇਦਾ, ਉਹ ਹਾਈਂਡਸਾਈਟ 'ਤੇ ਹੋ ਸਕਦਾ, ਪਰ ਕਈ ਵਾਰੀ ਹੋ ਸਕਦਾ ਕਿ ਇੱਕ ਬੰਦਾ ਹੀ ਲੋਡ ਚੁੱਕੀ ਜਾ ਰਿਹਾ, ਉਹਦੇ ਨਾਲ ਪਿੱਠ ਹੋਰ ਜ਼ਿਆਦਾ ਯੂ ਨੋ ਇਸ਼ੂਜ਼ ਵੀ ਹੋ ਸਕਦੇ ਹੈ। ਸੋ ਕੋਈ ਵੀ ਐਸੀ ਸਿਚੁਏਸ਼ਨ ਤੁਸੀਂ ਉਹਨਾਂ ਨਾਲ ਰਿਲੇਟ ਕਰ ਸਕਦੇ ਹੋ, ਖੁਦ ਹੋਈ ਹੈ ਜਾਂ ਫਿਰ ਕਿਸੇ ਨਾਲ ਹੋਈ ਹੈ, ਜਾਂ ਤੁਸੀਂ ਆਪਣੇ ਆਪ ਨੂੰ ਉਹਨਾਂ ਦੀ ਜਗ੍ਹਾ 'ਤੇ ਰੱਖ ਕੇ ਯੂ ਨੋ ਸੋਚ ਸਕਦੇ ਹੋ ਕਿ ਤੁਸੀਂ ਕਰ ਇਹਨਾਂ ਨੂੰ ਕਰਨਾ ਚਾਹੀਦਾ, ਜ਼ਰੂਰ ਦੱਸੋ। ਜਿਵੇਂ ਗੁਰਦੀਪ ਜੀ ਨੇ ਕਿਹਾ ਕਿ ਚੇਂਜ ਆਫ ਜੋਬ ਵਿਲ ਬੀ ਬੈਸਟ, ਇਸ ਵੇਲੇ ਉਹਨਾਂ ਨੂੰ ਚੇਂਜ ਆਫ ਜੋਬ ਇੰਨਾ ਜ਼ਿਆਦਾ ਪ੍ਰੈਕਟੀਕਲ ਨਹੀਂ ਲੱਗ ਰਿਹਾ, ਕਿਉਂਕਿ ਹਸਬੈਂਡ ਵੀ ਅਨਇੰਪਲੋਇਮੈਂਟ 'ਤੇ ਬੈਠੇ ਨੇ। ਸੋ ਕੀ ਕਹਿੰਦੇ ਹੋ ਇਹਨਾਂ ਨੂੰ, ਜ਼ਰੂਰ ਦੱਸੋ। ਲੈਂਦੀ ਹਾਂ ਇੱਕ ਛੋਟੀ ਜਿਹੀ ਬ੍ਰੇਕ। ਸਾਰਿਆਂ ਦਾ ਫਿਰ ਸਵਾਗਤ ਹੈ। ਨੋ, ਇਸ ਲੇਡੀ ਦੀ ਜਿਹੜੀ ਫਰਸਟ੍ਰੇਸ਼ਨ ਹੈਗੀ ਹੈ ਕਿ ਇਹਨਾਂ ਵੇ ਕੁਲੀਗ ਹੈ ਕੋਈ, ਤੁਸੀਂ ਪਹਿਲੇ ਤੁਸੀਂ ਉਹਨੂੰ ਇੰਟਰਵਿਊ ਕਰਦੇ ਹੋ ਐਂਡ ਫਿਰ ਉਹ ਤੁਹਾਡੀ ਬੌਸ ਬਣ ਜਾਂਦੀ ਹੈ ਬੜੀ ਜਲਦੀ, ਐਂਡ ਜੋ ਵੀ ਆਫਿਸ 'ਚ ਹੋ ਰਿਹਾ ਉਹ ਕੁਛ ਸਹੀ ਨਹੀਂ ਹੋ ਰਿਹਾ, ਸਹੀ ਨਹੀਂ ਲੱਗ ਰਿਹਾ ਤੁਹਾਨੂੰ। ਸੋ ਇਟ ਇਜ਼ ਐਨ ਅਨੋਇੰਗ ਐਟਮੋਸਫੇਅਰ। ਲੈਟਸ ਸੀ ਹੋਰ ਕੀ ਕਹਿ ਰਹੇ ਨੇ, ਇਹਨਾਂ ਨੂੰ ਪੁੱਛਦੇ ਹਾਂ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ ਜੀ? ਬਿਲਕੁਲ ਠੀਕ, ਬਿਲਕੁਲ ਠੀਕ। ਹਰਮਿੰਦਰ ਜੀ ਦੱਸੋ ਕੀ ਕਹਿੰਦੇ ਹੋ, ਥੈਂਕ ਯੂ ਫੋਰ ਕਾਲਿੰਗ। ਮੈਂ ਤਾਂ ਇਹ ਕਹਾਂਗੀ, ਦੇਖੋ ਇਸ ਅਮਰੀਕਾ ਐਵਰੀਬਾਡੀ ਹੈ, ਹਰ ਇੱਕ ਦਾ ਆਪਣਾ ਵੇ ਆਫ ਲਾਈਫ ਹੈ, ਅਸੀਂ ਕਿਸੇ ਨੂੰ ਚੈੱਕ ਨਹੀਂ ਕਰ ਸਕਦੇ, ਤੇ ਬੈਟਰ ਇਹ ਹੋਏਗਾ ਕਿ ਇਗਨੋਰ ਕਰੇ ਤੇ ਨਵੀਂ ਜੋਬ ਲੱਭੇ, ਕਿਉਂਕਿ ਜਦ ਤੱਕ ਤੁਹਾਡਾ ਮਾਹੌਲ ਠੀਕ ਨਹੀਂ ਹੈ ਤੁਸੀਂ ਜੋਬ ਵੀ ਪ੍ਰੋਪਰਲੀ ਨਹੀਂ ਕਰ ਸਕਦੇ, ਤੁਹਾਨੂੰ ਮੈਂਟਲ ਸੈਟੀਸਫੈਕਸ਼ਨ ਨਹੀਂ ਮਿਲਦੀ। ਠੀਕ ਹੈ, ਹਸਬੈਂਡ ਕੋਲ ਜੋਬ ਨਹੀਂ ਹੈ, ਇਕਦਮ ਉਹ ਨਾ ਕਰੇ, ਐਸੀ ਗੱਲ ਨਹੀਂ ਹੈ ਕਿ ਅਮੈਰੀਕਾ ਜੋਬ ਨਹੀਂ ਮਿਲੇਗੀ, ਐਕਸਪੀਰੀਅੰਸ ਹੈਗੀ ਹੈ, ਜੋਬ ਮਿਲੇਗੀ। ਜਦ ਤੱਕ ਨਵੀਂ ਜੋਬ ਨਹੀਂ ਮਿਲਦੀ ਤਦ ਤੱਕ ਇਗਨੋਰ ਕਰੇ, ਐਂਡ ਆਈ ਡੋਂਟ ਥਿੰਕ ਕਿ ਉਹਦੀ ਵਾਈਫ ਨੂੰ ਕਵੇ ਜਾਂ ਉਸ ਕੁੜੀ ਨੂੰ ਕਵੇ, ਉਹਨਾਂ ਦੀ ਪਰਸਨਲ ਲਾਈਫ ਹੈ। ਕੱਲ ਨੂੰ ਪਤਾ ਲੱਗ ਜਾਂਦਾ ਕਿ ਉਹਨੇ ਕੀ ਹੈ, ਤੇ ਜਿਹੜਾ ਉਹਦਾ ਬੌਸ ਡਾਕਟਰ ਆ ਗਿਆ, ਇਜ਼ ਨਾਟ ਗੋਇੰਗ ਟੂ ਬਿਹੇਵ ਪ੍ਰੋਪਰਲੀ ਵਿਦ ਹਰ। ਸੋ ਬੈਟਰ ਹੈ ਕਿਹੋ ਜਿਹੀ ਸਿਚੁਏਸ਼ਨ ਹੀ ਨਾ ਆਵੇ। ਸੋ ਆਪਣੇ ਆਪ ਨੂੰ ਰੱਖੋ, ਤੁਸੀਂ ਇਗਨੋਰ ਕਰੋ ਐਂਡ ਕੀਪ ਡੂਇੰਗ ਦਾ ਜੋਬ, ਤੇ ਜਦ ਤੱਕ ਨਵੀਂ ਜੋਬ ਨਹੀਂ ਮਿਲਦੀ ਤੁਸੀਂ ਐਸਾ ਹੀ ਕਰੋ, ਇਗਨੋਰ ਐਵਰੀਥਿੰਗ, ਕਿਉਂਕਿ ਕਹਿਣ ਦਾ ਕੋਈ ਫਾਇਦਾ ਨਹੀਂ ਕਿਸੇ ਨੂੰ, ਕਿਉਂਕਿ ਅੱਜ ਕੱਲ੍ਹ ਬੱਚੇ ਨਹੀਂ ਸੁਣਦੇ। Yeah, koi what she is doing she will do, she will udi personal life udi private life ase kisi nu check nahi kar sakde ji, bilkul bilkul check kar sakde ji, kyunki main to nahi gal dassa
ਐਸੀ ਤਰ੍ਹਾਂ ਕੋਈ ਗੱਲ ਹੋਈ ਸੀ ਮੇਰੀ ਕੋਈ ਬੜੀ ਅੱਛੀ ਫਰੈਂਡ ਸੀ ਜੀ ਆਈ ਮੀਨ ਮੈਂ ਪ੍ਰਾਈਵੇਟ ਲਾਈਫ ਦੀ ਗੱਲ ਕਰਦੀ ਹਾਂ ਹਸਬੈਂਡ ਵਾਈਫ ਦੀ ਆਪਸ ਕੋਈ ਪ੍ਰੋਬਲਮ ਸੀ ਜੀ ਤਾਂ ਹਸਬੈਂਡ ਨੇ ਮੈਨੂੰ ਕਾਲ ਕੀਤਾ ਕਿ ਤੁਸੀਂ ਉਹਨੂੰ ਸਮਝਾਓ ਐਂਡ ਆਈ ਜਸਟ ਟਾਕ ਟੂ ਹਰ ਆਈ ਸੇ ਇਸ ਤਰ੍ਹਾਂ ਸਾ ਤੇਰੇ ਹਸਬੈਂਡ ਦਾ ਫੋਨ ਨਾ ਆਇਆ ਸੀ ਪਤਾ ਉਹਨੇ ਮੈਨੂੰ ਕੀ ਜਵਾਬ ਦਿੱਤਾ ਕਹਿੰਦੀ ਤੁਸੀਂ ਮੇਰੇ ਹਸਬੈਂਡ ਨੂੰ ਜਾਣਦੇ ਹੋ ਮੈਂ ਕਿਹਾ ਨਹੀਂ ਹੀ ਕਾਲਡ ਮੀ ਕਿ ਸਾਡੀ ਮੀਟਿੰਗ ਕਰਾ ਦਿਓ ਤੇ ਅਸੀਂ ਬੈਠ ਕੇ ਸੁਲਝਾਉਣਾ ਹੈ ਮੈਂ ਨਹੀਂ ਜਾਣਦੀ ਤੇਰੇ ਹਸਬੈਂਡ ਮੈਂ ਤੈਨੂੰ ਜਾਣਦੀ ਹਾਂ ਇਫ ਯੂ ਆਰ ਨਾਟ ਹੈਪੀ ਇਫ ਯੂ ਡੋਨਟ ਵਾਂਟ ਟੂ talk with your husband that's fine it's up to you I just conveyed the message kyunki tonu extra jawab mil sakda hai go so it's better hai ke assi apne matlab log baakiyan de experience to sikhiye jawab mil sakda hai thank you so much concentrate kare apni job te ignore everything badhiyan cheezan ignore karniyan pendiyan ne sanu zindagi vich naal changiyan lagdiyan hoyan vi assi ignore karde ha ਉਹਨੂੰ ਉਹਦੇ ਕੋਲ ਜੋਬ ਹਸਬੈਂਡ ਕੋਲ ਹੈ ਨਹੀਂ ਸੋ ਕੀਪ ਡੂਇੰਗ ਜੋਬ ਇਗਨੋਰਿੰਗ ਤੇ ਜਿਸ ਵਕਤ ਜੋਬ ਮਿਲ ਜਾਏ ਦੈਨ ਸ਼ੀ ਕੈਨ ਲੀਵ ਦਾ ਜੋਬ ਬਹੁਤ ਵਧੀਆ ਥੈਂਕ ਯੂ ਸੋ ਮਚ ਹਰਮਿੰਦਰ ਜੀ ਐਂਡ ਇੱਕ ਬੜਾ ਜਿਹੜਾ ਪੁਆਇੰਟ ਬਾਹਰ ਆਇਆ ਹੈ ਕਿ ਹਰਮਿੰਦਰ ਜੀ ਕਹਿ ਰਹੇ ਹਾਂ ਜਿਵੇਂ ਐਗਜ਼ਾਮਪਲ ਦੇ ਰਹੇ ਹਾਂ ਕਿ ਇੱਕ ਵਾਰੀ ਵਾਕਈ ਤੁਹਾਨੂੰ ਰਿਲੇਸ਼ਨਸ਼ਿਪਸ ਅੰਦਰੋਂ ਕਿੰਝਦੇ ਹੈਗੇ ਆ ਕਿਸੇ ਨੂੰ ਨਹੀਂ ਪਤਾ ਐਂਡ ਇਟਸ ਅ ਪ੍ਰਾਈਵੇਟ ਦਿਸ ਥਿੰਗ ਉਹ ਮੈਰਿਡ ਹੁੰਦੇ ਹੋਏ ਉਹ ਇਹ ਕਰ ਰਿਹਾ ਆਪਸ ਚ ਹਸਬੈਂਡ ਵਾਈਫ ਦਾ ਕੀ ਰਿਲੇਸ਼ਨਸ਼ਿਪ ਹੈ ਕੋਈ ਅੰਡਰਸਟੈਂਡਿੰਗ ਹੈ ਨਹੀਂ ਹੈ ਹੂ ਨੋਜ਼ ਯੂ ਨੋ ਕੁਛ ਨਹੀਂ ਪਤਾ ਐਂਡ ਹਰਮਿੰਦਰ ਜੀ ਦਾ ਇੱਕ ਪੁਆਇੰਟ ਬੜਾ ਵੈਲਿਡ ਹੈ ਕਿ ਕੱਲ੍ਹ ਨੂੰ ਪਤਾ ਲੱਗ ਜਾਂਦਾ ਜਿਵੇਂ ਖੁਦ ਕਹਿ ਰਹੇ ਕਿ ਕੱਲ੍ਹ ਨੂੰ ਪਤਾ ਲੱਗ ਜਾਂਦਾ ਤੇ ਵਾਕਈ ਉਹ ਮੁਸ਼ਕਿਲ ਕਰ ਸਕਦਾ ਤੁਹਾਡੇ ਵਾਸਤੇ ਬਹੁਤ ਆਪ ਤਾਂ ਤੁਸੀਂ ਨਿਕਲ ਜਾਓਗੇ ਜਾਂ ਨਹੀਂ ਨਿਕਲੋਗੇ ਹੀ ਇਜ਼ ਇਨ ਅ ਵੇ ਬੋਸ ਕੁਛ ਵੀ ਕਹਿ ਸਕਦਾ ਤੁਹਾਡੇ ਬਾਰੇ ਸੋ ਇਟਸ ਬੈਟਰ ਟੂ ਕੀਪ ਯੋਰ ਯੂ ਨੋ ਦਿਸ ਥਿੰਗ ਔਰ ਇਗਨੋਰ ਉਹੀ ਕਿਸ ਤਰ੍ਹਾਂ ਇਗਨੋਰ ਕਰੋ ਹੁਣ ਅਰਵਿੰਦਰ ਜੀ ਨੇ ਕਿਹਾ ਕਿ ਇਗਨੋਰ ਕਰੋ ਜ਼ਰੂਰ ਉਹਦੀਆਂ ਵੀ ਟਿਪਸ ਦੇ ਸਕਦੇ ਹੋ ਆਈ ਮੀਨ ਵਟ ਡੂ ਯੂ ਨੀਡ ਟੂ ਡੂ ਆਪਣਾ ਕੰਮ ਕਰਦੇ ਰਹੋ ਮੈਂਟਲ ਸਟੇਟ ਕਿਸ ਤਰ੍ਹਾਂ ਦੀ ਯੂ ਨੋ ਤੁਸੀਂ ਆਪਣੇ ਆਪ ਨੂੰ ਕਿਸ ਤਰ੍ਹਾਂ ਸਮਝਾ ਸਕਦੇ ਹੋ ਉਹ ਵੀ ਅਗਰ ਕਿਸੇ ਕੋਲ ਟਿਪ ਹੈ ਜ਼ਰੂਰ ਕਾਲ ਕਰਕੇ ਦੱਸ ਸਕਦੇ ਹੋ ਜਿਵੇਂ ਗੁਰਦੀਪ ਜੀ ਨੇ ਆਪਣੀ ਸਿਚੁਏਸ਼ਨ ਸ਼ੇਅਰ ਕੀਤੀ ਹੈ ਕਿ ਭਾਵੇਂ ਫਾਇਦਾ ਹੋ ਰਿਹਾ ਸੀ ਫਿਰ ਵੀ ਮੈਂਟਲੀ ਮੈਂ ਬਹੁਤ ਡਿਸਟਰਬ ਹੋ ਰਿਹਾ ਸੀ ਇਹ ਸਭ ਕੁਝ ਦੇਖਦੇ ਹਾਂ ਸੋ ਯੂ ਨੋ ਕਿਸ ਤਰ੍ਹਾਂ ਆਪਣੇ ਮਾਈਂਡ ਨੂੰ ਬੈਟਰ ਤੁਸੀਂ ਇੱਕ ਤਰ੍ਹਾਂ ਨਾਲ ਨੈਵੀਗੇਟ ਕਰ ਸਕਦੇ ਹੋ ਕਿ ਨਹੀਂ ਮੈਨੂੰ ਉਹਦੇ ਨਾਲ ਲੈਣਾ ਦੇਣਾ ਨਹੀਂ ਹੈ ਮੈਂ ਆਪਣਾ ਕੰਮ ਕਰਾਂ ਅਨਟਿਲ ਆਈ ਫਾਇੰਡ ਅ ਨਿਊ ਜੋਬ ਸੋ ਜ਼ਰੂਰ ਉਹਦੀ ਵੀ ਟਿਪ ਤੁਸੀਂ ਦੇ ਸਕਦੇ ਹੋ ਲੈਟ ਮੀ ਸੀ ਹੋਰ ਕੀ ਕਹਿ ਰਹੇ ਨੇ ਇਹਨਾਂ ਨੂੰ ਪੁੱਛ ਲੈਂਦੇ ਹਾਂ ਇਨੀ ਦੇਰ ਹੈਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਹੈਲੋ ਟੀਵੀ ਦਾ ਵੋਲਿਊਮ ਘਟਾ ਦਿਓ ਜੀ ਪਲੀਜ਼ ਐਂਡ ਕਾਲ ਹੈਲੋ ਟੀਵੀ ਦਾ ਵੋਲਿਊਮ ਬਿਲਕੁਲ ਘਟਾ ਦਿਓ ਐਂਡ ਸਾਡੇ ਨਾਲ ਗੱਲ ਕਰੋ ਪਲੀਜ਼ ਸੋ ਲੈਟਸ ਸੀ ਕੀ ਕਹਿ ਰਹੇ ਨੇ ਹੈਲੋ ਹਾਂਜੀ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਜੋਗਿੰਦਰ ਜੀ ਗੁੱਡ ਟੂ ਹੇਅਰ ਯੋਰ ਵੋਇਸ ਦੱਸੋ ਕੀ ਹਾਲ ਤੁਹਾਡਾ ਕੀ ਕੀ ਕਹਿੰਦੇ ਹੋ ਅੱਜ ਭੈਣ ਜੀ ਕੀ ਕਹਿੰਦੇ ਜੀ ਸਾਰਾ ਹਾਂਜੀ ਅੱਛਾ ਓਕੇ ਇਸ ਤਰ੍ਹਾਂ ਗੱਲ ਹਾਂਜੀ ਵੀ ਇਹਨੂੰ ਭੈਣ ਜੀ ਨੂੰ ਚਾਹੀਦਾ ਹੌਸਲੇ ਨਾਲ ਸ਼ਾਂਤੀ ਨਾਲ ਪਿਆਰ ਨਾਲ ਵਾਹਿਗੁਰੂ ਦਾ ਨਾਂ ਲੈ ਕੇ ਲੱਗੀ ਉੱਥੇ ਰਹੇ ਅੱਛਾ ਕੋਈ ਠੀਕ ਹੈ ਬੜਾ ਦੁੱਖ ਹੁੰਦਾ ਹੈ ਜੇ ਪਾਵਰ ਘੱਟ ਜੇ ਔਰ ਬਿਨਾਂ ਗੱਲ ਤੋਂ ਪਾਵਰ ਜੇ ਘੱਟ ਜੇ ਚਲੋ ਕੋਈ ਫਾਲਟ ਹੋਵੇ ਫਿਰ ਘੱਟ ਜੇ ਤਾਂ ਕੋਈ ਗੱਲ ਨੀ ਇਹ ਜਿਹੜੀ ਗੱਲ ਹੈ ਬੜੇ ਆਫਿਸਾਂ ਚ ਹੁੰਦੀ ਹੈ ਤੇ ਮੈਂ ਵੀ ਇੱਥੇ ਜੋਬ ਉਹ ਕੀਤਾ 8-10 ਸਾਲ ਸਿਕਿਉਰਿਟੀ ਚ ਇਹ ਸਾਡੇ ਨਾਲ ਵੀ ਹੁੰਦੀ ਸੀ ਪਰ ਦੇਖੋ ਗੱਲ ਇਹ ਹੈਗੀ ਹੈ ਕੋਸ਼ਿਸ਼ ਇਹ ਕਰੋ ਜਦ ਤੱਕ ਇੱਥੇ ਦੂਜੀ ਥਾਂ ਜੋਬ ਨਹੀਂ ਮਿਲਦੀ ਇੱਥੇ ਰਹੋ ਸ਼ਾਂਤੀ ਨਾਲ ਹੌਸਲੇ ਉਹ ਨਾਲ ਆਪਣਾ ਕੰਮ ਕਰੀ ਚੱਲ ਇਹਨੂੰ ਪੇ ਤਾਂ ਮਿਲਦੀ ਹੈ ਕਿਸੇ ਨੇ ਤੂੰ ਕੱਢਿਆ ਤਾਂ ਨਹੀਂ ਜਾਂ ਜੇ ਇਹਦਾ ਕੰਮ ਉਹ ਘੱਟ ਗਿਆ ਉਹ ਵੀ ਉਹ ਠੀਕ ਹੈ ਇਹਦੀ ਟੈਨਸ਼ਨ ਉਹ ਘੱਟ ਗਈ ਇਹਨੂੰ ਕੰਮ ਨਹੀਂ ਘਟਿਆ ਕਹਿੰਦੇ ਕੰਮ ਵੱਧ ਗਿਆ ਇਹਨੂੰ ਚਲੋ ਕੰਮ ਵਾਲੀ ਨੀ ਗੱਲ ਹੁੰਦੀ ਕੋਈ ਕਈ ਥੋੜਾ ਚਲਾਣੀ ਆ ਆਫਿਸ ਦੇ ਕੰਮ ਨੇ ਹੁੰਦੇ ਹੀ ਨੇ ਜੇ ਵੱਧ ਗਿਆ ਤਾਂ ਕੋਈ ਐਸੀ ਉਹ ਗੱਲ ਨੀ ਹੌਸਲਾ ਉਹ ਕਰੇ ਕੋਈ ਤਾਕਤ ਵਾਲੇ ਕੈਪਸੂਲ ਖਾਇਆ ਕਰੇ ਘਬਰਾਏ ਨਾ ਘਬਰਾਉਣ ਨਾਲ ਜੇ ਬੇਟਾ ਕੁਛ ਨੀ ਹੋਣਾ ਜੋਬ ਤੇਰੀ ਚਲੀ ਜਾਣੀ ਦੂਜੀ ਥਾਂ ਜੋਬ ਨੀ ਮਿਲਦੀ ਹਸਬੈਂਡ ਜਿਹੜਾ ਤੇਰਾ ਉਹ ਵੀ ਉਹਦੇ ਕੋਲ ਵੀ ਜੋਬ ਨੀ ਹੈਗੀ ਤੇ ਬੈਟਰ ਇਹੀ ਹੈ ਥੋੜੇ ਦਿਨ ਠਹਿਰ ਜਾ ਫਿਰ ਕਿਤੇ ਹੋਰ ਕਰ ਲੈ ਠੀਕ ਹੈ ਬਹੁਤ ਵਧੀਆ ਥੈਂਕ ਯੂ ਸੋ ਮਚ ਜੀ ਹਾਂਜੀ ਹਾਂਜੀ ਦੱਸੋ ਭੜਕਿਆਂ ਨਾਲ ਨਹੀਂ ਹੋਣਾ ਕੁਛ ਜੇ ਤੂੰ ਸ਼ਿਕਾਇਤ ਉਹ ਕਰੇਗੀ
ਉਹ ਸਟੇਟਵੇ ਗੱਲ ਤੇਰੇ ਉੱਤੇ ਆਏਗੀ ਚਾਹੇ ਕੋਈ ਹੋਰ ਕਰੇ, ਤੂੰ ਨਾ ਕਰ, ਤੂੰ ਨਾ ਕਰ, ਹੋ ਸਕਦਾ ਉਹਨਾਂ ਦਾ ਆਪਸ ਚ ਹੀ ਝਗੜਾ ਹੋ ਜੇ, ਜਾਂ ਉਹਦੀ ਵਾਈਫ ਨੂੰ ਕੋਈ ਦੱਸ ਦੇ, ਜਾਂ ਕੋਈ ਹੋਰ ਗੱਲ ਹੋ ਜੇ, ਕੋਈ ਏਦਾਂ ਦੇ ਜਿਹੜੇ ਗਲਤ ਤਰੀਕੇ ਨਾਲ ਅਫੇਅਰਸ ਨੇ ਲੰਬੇ ਟਾਈਮ ਨਹੀਂ ਚੱਲਦੇ ਹੁੰਦੇ। ਸਹੀ ਸਹੀ ਅਫੇਅਰਸ ਹੈਗਾ ਜਿਹੜਾ ਹਸਬੈਂਡ ਵਾਈਫ ਦਾ, ਉਹੀ ਚੱਲਦਾ। ਜਿਹੜੇ ਗਲਤ ਅਫੇਅਰਸ ਨੇ ਜਿਹੜੇ 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 ਬੰਦੇ ਉਹ ਮੈਰਿਡ ਹੁੰਦੇ ਨੇ, ਏਦਾਂ ਦੇ ਕੰਮ ਕਰਦੇ ਨੇ, ਜ਼ਿਆਦਾ ਦਿਨ ਨਹੀਂ ਚੱਲਦੇ। ਥੋੜਾ ਵੇਟ ਕਰ ਲੇ, ਕੋਈ ਬਾਤ ਨੀ, ਚੰਗੀ ਬੀਬਾ ਬਣ ਕੇ ਰੋਟੀ ਛੋਟੀ ਅੱਛੀ ਤਰ੍ਹਾਂ ਖਾਇਆ ਕਰ, ਤੇ ਬਦਾਮ ਬਦੂ ਖਾ, ਬਦਾਮ ਰੱਖਿਆ ਕਰ ਜੇਬ ਚ, ਕਿਸਮਿਸ ਤੇ ਬਦਾਮ, ਜਦੋਂ ਉਹ ਗੁੱਸਾ ਹੋਏ ਉਹ ਖਾ ਲੇ, ਤੇ ਘਬਰਾ ਨਾ, ਬਿਲਕੁਲ ਤਗੜੀ ਹੋ। ਠੀਕ ਹੈ, ਬਹੁਤ ਵਧੀਆ ਜੀ, ਥੈਂਕ ਯੂ ਸੋ ਮਚ। ਸੋਰੀ ਕੁਛ ਕਹਿ ਰਹੇ ਸੀ ਤੇ, ਬਟ ਓਈ ਕਿ ਹਾਂ, ਯੂ ਨੋ, ਫੋਕਸ ਔਨ ਯੋਰ ਸੈਲਫ। ਇੱਕ ਉਹ ਵੀ ਹੈਗਾ ਹੈ ਕਿ ਅਨੋਇੰਗ ਹੈ, ਅਸੀਂ ਟੂ ਪੂਰਾ ਵੈਲੀਡੇਟ ਕਰਦੇ ਹਾਂ ਕਿ ਅਨੋਇੰਗ ਐਟਮੋਸਫੇਅਰ ਹੈ, ਤਾਂ ਲੋਂਗ ਟਰਮ ਤੁਸੀਂ ਆਪਣੀ ਦੂਜੀ ਜੋਬ ਲੱਭੋ। ਬਟ ਕਈ ਵਾਰੀ ਅਸੀਂ ਕਨਵੀਨੀਅੰਸ ਕਰਕੇ, ਨੇੜੇ ਹੈ, ਹੋਰ ਟਾਈਮਿੰਗਸ ਬੈਟਰ ਹੈ, ਫੈਮਿਲੀ ਵਾਸਤੇ ਬੈਟਰ ਹੈ, ਅਤੇ ਉਹ ਜੋਬ, ਯੂ ਨੋ, ਤੁਸੀਂ ਪ੍ਰਾਇਰਟੀਜ਼ ਆਪਣੀਆਂ ਦੇਖਣੀਆਂ ਆਉਂਦੀਆਂ, ਅਤੇ ਤੁਸੀਂ ਕਰ ਰਹੇ ਹੋ, ਕਰਦੇ ਰਹੋ। ਐਂਡ ਗੁਰਦੀਪ ਜੀ ਵਾਕਰ, ਜਿਵੇਂ ਸੀ ਦਾ ਪੋਜ਼ਿਟਿਵ, ਹੋ ਸਕਦਾ ਹੈ ਤੁਹਾਡੇ ਕੋਲ ਜ਼ਿਆਦਾ ਕੰਮ ਆਇਆ ਅਤੇ ਤੁਸੀਂ ਜ਼ਿਆਦਾ ਸਿੱਖੋਗੇ। ਐਂਡ ਯੂ ਨੋ, ਜਿਸ ਤਰ੍ਹਾਂ ਜੋਗਿੰਦਰ ਜੀ ਕਹਿ ਰਹੇ ਹਨ ਕਿ ਆਪਣੇ 'ਤੇ ਫੋਕਸ ਕਰੋ, ਆਪਣੇ ਕੰਮ 'ਤੇ ਫੋਕਸ ਕਰੋ। ਦੋ ਅਡਲਟਸ ਹੈ ਬੇਸਿਕਲੀ, ਯੂ ਨੋ, ਅੱਜ ਦੇ ਵਰਲਡ ਵਿੱਚ ਦੋ ਅਡਲਟਸ ਹੈ, ਜੇ ਤੁਸੀਂ ਉਹਨਾਂ ਨਾਲ ਇਨਵੋਲਵਡ ਨਹੀਂ ਹੋ ਨਾ ਇਮੋਸ਼ਨਲੀ, ਤੁਹਾਡਾ ਆਪਣਾ ਪਰਸਨਲ ਮੈਟਰ ਨਹੀਂ ਹੈ, ਲੈਟ ਇਟ ਬੀ, ਬਿਕੋਜ਼ ਰੀਅਲੀ ਕਿਸੇ ਨੂੰ ਕੁਛ ਨਹੀਂ ਪਤਾ ਕਿ ਅੰਦਰ ਕਿਹਦੀ ਕਹਾਣੀ ਕੀ ਹੈ, ਸਰਫਸ ਤੋਂ ਕੀ ਲੱਗਦੀ ਹੈ, ਕੁਛ ਕਹਿ ਕੇ ਕੋਈ ਆਪਣੇ 'ਤੇ ਹੀ ਕਿਚੜ ਸੁੱਟਿਆ ਜਾਏ, ਦੇਰ ਇਜ਼ ਨੋ ਪੁਆਇੰਟ ਇਨ ਦੈਟ। ਸੋ ਲੈਟ ਮੀ ਟੇਕ ਅ ਸ਼ਾਰਟ ਬ੍ਰੇਕ, ਤੁਸੀਂ ਸਾਰੇ ਕਿਤੇ ਨਾ ਜਾਇਓ ਐਂਡ ਕਾਲ ਜ਼ਰੂਰ ਕਰੋ। ਸਾਰਿਆਂ ਦਾ ਫਿਰ ਸਵਾਗਤ ਹੈ। ਗੱਲ ਵਾਕਈ ਠੀਕ ਹੈ, ਆਈ ਐਮ ਯੂ ਨੋ ਗ੍ਰੇਟਫੁਲ ਕਿ ਤੁਸੀਂ ਸਵਾਲ ਪੁੱਛਿਆ ਇਸ ਮੰਚ ਦੇ ਉੱਤੇ, ਔਰ ਅਨੋਇੰਗ ਸਿਚੁਏਸ਼ਨ ਹੈ ਮੰਨਦੇ ਹਾਂ, ਬਟ ਓਵਰਆਲ ਪਰਸਨਲ ਮੈਟਰ ਹੈ, ਪਰਸਨਲ ਮੈਟਰ ਹੈ ਬੌਸ ਦਾ ਅਤੇ ਇੱਕ ਹੋਰ ਇੰਪਲੋਈ ਦਾ। ਇੱਕ ਰਿਲੇਸ਼ਨਸ਼ਿਪ ਨਾ ਵੀ ਹੋਏ ਨਾ ਕੋਵਰਕਰ ਦਾ ਬੌਸ ਦੇ ਨਾਲ, ਫਿਰ ਵੀ ਅਗਰ ਉਹ ਫੇਵਰੇਟਿਜ਼ਮ ਹੀ ਕਰ ਰਿਹਾ ਬੌਸ, ਇੱਕ ਦੂਜੇ ਬੰਦੇ ਨਾਲ ਬੜੇ ਫੇਵਰੇਟਿਜ਼ਮ ਕਰ ਰਿਹਾ ਹੈ, ਹਮੇਸ਼ਾ ਯੂ ਨੋ ਇੱਕ ਦਾ ਪਾਸਾ ਲੈ ਸਾਈਡ 'ਤੇ ਉਹ ਕਰਦਾ, ਜਾਂ ਉਹਨੂੰ ਕੰਮ ਘੱਟ ਦਿੰਦਾ, ਜਾਂ ਉਹਨੂੰ ਕ੍ਰੈਡਿਟ ਜ਼ਿਆਦਾ ਦਿੰਦਾ, ਜਾਂ ਯੂ ਨੋ ਕੰਮ ਤੁਸੀਂ ਸਾਰਿਆਂ ਨੇ ਕੀਤਾ ਪਰ ਕ੍ਰੈਡਿਟ ਉਹਨੂੰ ਦੇਈ ਜਾ ਰਿਹਾ, ਤਾਰੀਫ ਉਹਦੀ ਕਰੀ ਜਾ ਰਿਹਾ, ਸਾਹਮਣੇ ਸਭ ਦੇ ਬੜਾ, ਇਹ ਸਾਰਾ ਕੁਛ ਬੜਾ ਅਨੋਇੰਗ ਹੋ ਸਕਦਾ ਹੈ, ਯੂ ਨੋ, ਜਿਹੜਾ ਕਿ ਡਿਮੀਨਿੰਗ ਵੀ ਹੈ, ਯੂ ਨੋ ਡੀਮੋਰਲਾਈਜ਼ਿੰਗ ਹੈ, ਤੁਹਾਡੀ ਮੋਟੀਵੇਸ਼ਨ ਨਹੀਂ ਰਹਿੰਦੀ ਅੱਛਾ ਕੰਮ ਕਰਨ ਨੂੰ, ਪਤਾ ਹੈ ਕਿ ਉਹਨੇ ਦੇ ਕੁਛ ਨਹੀਂ ਫਰਕ ਪੈਣਾ, ਟੀਮ ਨੇ ਕਰਨਾ ਹੈ ਸਾਰਾ, ਉਹਦਾ ਦੇ ਬਿਹਾਫ ਕਰਨਾ, ਮਿਲਣਾ ਕ੍ਰੈਡਿਟ ਤਾਂ ਉਹਨੂੰ ਹੀ ਹੈ। ਬਟ ਓਵਰਆਲ ਦੇਖੀਏ ਤਾਂ ਅਸੀਂ ਇਹਦੇ ਤੋਂ ਲਰਨ ਕੀ ਕਰ ਸਕਦੇ ਹਾਂ, ਕਿ ਓਵਰਆਲ ਤੁਹਾਨੂੰ ਇੱਕ ਕ੍ਰਾਈਸਿਸ, ਇੱਕ ਤਰ੍ਹਾਂ ਨਾਲ ਮਾਹੌਲ ਜਿਹੜਾ ਨਹੀਂ ਪੂਰਾ ਕੰਡਿਊਸਿਵ, ਉਹਦੇ ਵਿੱਚ ਕੰਮ ਕਰਨਾ ਕਿ ਤੁਸੀਂ ਆਪਣੇ ਆਪ ਦਾ ਇੱਕ ਕਾਮ ਮੇਨਟੇਨ ਕਰ ਸਕਦੇ ਹੋ ਕਿ ਨਹੀਂ। ਆਈ ਥਿੰਕ ਇਟਸ ਅ ਟੀਚਿੰਗ ਮੂਮੈਂਟ ਟੂ, ਕਿ ਤੁਸੀਂ ਆਪਣੇ ਆਪ ਨੂੰ ਕਿਵੇਂ ਸਮਝਾ ਸਕਦੇ ਹੋ। ਐਂਡ ਕੰਮ ਸਿੱਖਣ ਦੀ ਗੱਲ, ਉਹੀ ਜਿਵੇਂ ਕਿ ਦੂਸਰੇ ਦਾ ਕੰਮ ਵੀ ਤੁਹਾਨੂੰ ਕਰਨਾ ਪੈ ਰਿਹਾ ਅਤੇ ਯੂ ਨੋ ਤੁਹਾਨੂੰ ਹੋਰ ਕੰਮ ਆ ਰਿਹਾ, ਲੇਕਿਨ ਕਾਮਲੀ, ਜਿੰਨਾ ਕਾਮਲੀ ਇਸ ਪੀਰੀਅਡ ਨੂੰ ਤੁਸੀਂ ਲੰਘਾ ਸਕਦੇ ਹੋ, ਆਈ ਥਿੰਕ ਮੱਚ ਬੈਟਰ ਹੋਏਗਾ, ਉਹਨਾਂ ਨੂੰ ਵੀ ਦਿਖੇਗਾ, ਕਿਉਂਕਿ ਜਦੋਂ ਇੱਕ ਬੰਦਾ ਖਿੱਚਦਾ ਹੈ ਤਾਂ ਇਹ ਸੰਬੜੀ, ਵੀ ਕਾਂਟ ਕਮੈਂਟ, ਹੁਣ ਜੋ ਵੀ ਇਨਵੋਲਵਡ ਹੈ ਇਹਦੇ ਵਿੱਚ, ਬਟ ਅਕੋਰਡਿੰਗ ਟੂ ਹਰ ਬੜੀ ਯੰਗਰ ਜੀ ਕੁੜੀ ਹੈ ਜਿਹੜੀ ਕਿ ਯੂ ਨੋ ਇਨਵੋਲਵਡ ਹੈ, ਸੋ ਉਹਨੂੰ ਇੰਨਾ ਫਰਕ ਨਹੀਂ ਪੈਣਾ, ਸਭ ਨੇ ਦੇਖਣਾ ਹੈ ਕਿ ਤੁਸੀਂ ਕਾਮਲੀ ਆਪਣਾ ਕੰਮ ਕਰੀ ਜਾ ਰਹੇ ਹੋ, ਹੋਰ ਤੁਹਾਨੂੰ ਬੋਦਰੇਸ਼ਨ ਨਹੀਂ ਹੈ, ਬੌਸ ਵੀ ਅਲਟੀਮੇਟਲੀ ਯੂ ਨੋ ਹੀ ਵਿਲ ਨੋ, ਬਟ ਯੂ ਡੋਂਟ ਹੈਵ ਟੂ ਸਟੇ ਦੇਅਰ, ਹਮੇਸ਼ਾ ਵਾਸਤੇ ਉੱਥੇ ਰੁਕਣ ਦੀ ਕੋਈ ਫਾਇਦਾ ਨਹੀਂ ਹੈ। ਮੀਨਵਾਈਲ ਯੂ ਵਰਕ, ਜਿਸ ਤਰ੍ਹਾਂ ਹਰਮਿੰਦਰ ਜੀ ਨੇ ਕਿਹਾ ਸੀ, ਬਿਲਕੁਲ ਆਈ ਐਗਰੀ ਵਿਦ ਦੈਟ, ਕਿ ਜਦ ਤੱਕ ਤੁਸੀਂ ਕੰਮ ਕਰ ਰਹੇ ਹੋ ਉਸ ਤੋਂ ਇਲਾਵਾ ਤੁਸੀਂ ਆਪਣਾ ਲੱਭਦੇ ਰਹੋ ਕਿ ਮੈਂ ਕਿੱਥੇ ਹੋਰ ਦੂਸਰੀ ਜਗ੍ਹਾ ਕੰਮ ਕਰ ਸਕਦੀ ਹਾਂ। ਹਾਂ, ਬਿਨਾਂ ਦੂਸਰਾ ਕੰਮ ਲੱਭੇ ਕੁਇਟ ਕਰਨ ਦੀ ਕੋਈ ਲੋੜ ਨਹੀਂ ਹੈ, ਕੋਈ ਐਸੀ ਡਾਇਰ ਨੈਸੈਸਿਟੀ ਕਿ ਹਾਂ ਅੱਜ ਤੱਕ ਮੈਂ ਕੁਇਟ ਕਰ ਜਾਂ ਫਿਰ ਮੈਂ ਕਿਤੇ ਲੱਭਾਂ, ਯੂ ਡੋਂਟ ਹੈਵ ਟੂ ਡੂ ਇਟ, ਡੀਲ ਵਿਦ ਇਟ, ਤੁਸੀਂ ਆਪਣਾ ਕੰਮ ਕੀਤਾ, ਵਾਪਸ ਆਏ,
ਜਸਟ ਇੰਨਾ ਕੁ ਆਈ ਥਿੰਕ ਇਟ ਸ਼ੁਡ ਬੀ ਦੈਟ ਹਾਰਡ ਬਾਕੀ ਸਾਰੇ ਕੀ ਕਹਿੰਦੇ ਆ ਜ਼ਰੂਰ ਦੱਸੋ ਐਂਡ ਇਸ ਮੰਚ ਦੇ ਉੱਤੇ ਹਮੇਸ਼ਾ ਗੱਲ ਹੁੰਦੀ ਹੈ ਕਿ ਸਿਚੁਏਸ਼ਨ ਦੇ ਵਿੱਚ ਅਸੀਂ ਆਪਣੇ ਆਪ ਨੂੰ ਰੱਖ ਕੇ ਦੇਖਦੇ ਹਾਂ ਅਫਕੋਰਸ ਅਨੋਇੰਗ ਹੈ ਐਂਡ ਹੋਰ ਵੀ ਜਿਹੜੀਆਂ ਕਾਲਸ ਅਤੇ ਈਮੇਲਸ ਆਈਆਂ ਹੋਈਆਂ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਤੁਸੀਂ ਵੀ ਸਾਰੇ ਆਪਣਾ ਫੀਡਬੈਕ ਐਜ਼ ਵੈਲ ਐਜ਼ ਕੋਈ ਸਵਾਲ arvind@justbroadcasting.com ਤੇ ਭੇਜ ਸਕਦੇ ਹੋ ਜਾਂ ਫਿਰ ਆਫਿਸ ਫੋਨ ਕਰ ਸਕਦੇ ਹੋ ਐਂਡ ਆਪਣਾ ਨੰਬਰ ਲੀਵ ਕਰੋ ਆਪਣਾ ਨੰਬਰ ਛੋੜੋ ਅਤੇ ਮੈਂ ਤੁਹਾਨੂੰ ਕਾਲ ਕਰਾਂਗੀ ਯੂ ਨੋ ਆਪਣੀ ਕਨਵੀਨੀਅੰਸ 'ਤੇ ਕਿਉਂਕਿ ਮੈਂ ਜ਼ਿਆਦਾ ਦੇਰ ਇਸ ਸ਼ੋਅ ਤੋਂ ਬਾਅਦ ਇੰਨਾ ਇੱਥੇ ਰੁਕਦੀ ਨਹੀਂ ਹਾਂ ਸੋ ਐਟਲੀਸਟ ਮੇਰੇ ਕੋਲ ਤੁਹਾਡਾ ਨੰਬਰ ਹੋਏਗਾ ਮੈਂ ਤੁਹਾਨੂੰ ਉਹ ਆਪਣੇ ਕਨਵੀਨੀਅੰਸ 'ਤੇ ਕਾਲ ਕਰ ਲਵਾਂਗੀ ਇਮੀਡੀਏਟਲੀ ਉਸ ਦਿਨ ਜਾਂ ਨੈਕਸਟ ਡੇ ਸੋ ਆਪਣੀ ਸਟੋਰੀ ਜਾਂ ਆਪਣਾ ਯੂ ਨੋ ਜੋ ਵੀ ਤੁਹਾਡੀ ਸਿਚੁਏਸ਼ਨ ਹੈ ਜ਼ਰੂਰ ਤੁਸੀਂ ਪਹੁੰਚਾ ਸਕਦੇ ਹੋ ਕਈ ਯੰਗਸਟਰਸ ਦੇ ਜਿਹੜੇ ਇਸ ਵੇਲੇ ਸਵਾਲ ਆਏ ਹੋਏ ਨੇ ਉਹਦੇ ਬਾਰੇ ਵੀ ਹੋਰ ਗੱਲ ਕਰਾਂਗੇ ਔਰ ਕਈ ਟੋਪਿਕਸ ਵੀ ਜਿਸ ਤਰ੍ਹਾਂ ਅਸੀਂ ਹਮੇਸ਼ਾ ਤੋਂ ਕਰਦੇ ਆਏ ਹਾਂ ਕਿ ਕੁਛ ਅਸੀਂ ਕੋਈ ਫਨ ਸੇਕ ਵੀ ਇਮੈਜਿਨਰੀ ਥਿੰਗਸ ਕਈ ਵਾਰੀ ਕੋਈ ਡਿਸਕਸ਼ਨ ਵਾਸਤੇ ਟੋਪਿਕਸ ਅਸੀਂ ਡਿਸਕਸ ਕਰਦੇ ਹਾਂ ਇੱਥੇ ਉਹ ਵੀ ਤੁਸੀਂ ਤੁਹਾਡੀ ਦਿਲਚਸਪੀ ਹੋਏ ਕਿ ਹਾਂ ਮੈਨੂੰ ਇਹ ਵਾਲਾ ਟੋਪਿਕ ਮੈਨੂੰ ਲੱਗਦਾ ਹੈ ਕਿ ਗੱਲਬਾਤ ਪਰਿਵਾਰ ਡਿਸਕਸ ਕਰੇ ਉਹ ਵੀ ਜ਼ਰੂਰ ਮੈਨੂੰ ਤੁਸੀਂ ਭੇਜ ਸਕਦੇ ਹੋ ਸੋ ਦੈਟ ਅਸੀਂ ਇੱਥੇ ਉਹਦੇ ਬਾਰੇ ਗੱਲ ਕਰ ਸਕਦੇ ਹਾਂ ਸੋ ਟੋਪਿਕ ਵੀ ਦੱਸੋ ਐਂਡ ਦੱਸੋ ਕਿ ਉਹਦੇ ਵਿੱਚ ਕੀ ਤੁਸੀਂ ਪਾਲ ਰਹੇ ਹੋ ਲਾਈਕ ਵਾਟ ਆਰ ਯੂ ਲੁਕਿੰਗ ਫੋਰ ਸੋ ਗਿਵ ਅ ਲਿਟਲ ਬਿਟ ਆਫ ਯੂ ਨੋ ਤੁਹਾਡੇ ਦਿਮਾਗ ਦੇ ਵਿੱਚ ਕੀ ਹੈ ਉਸ ਟੋਪਿਕ ਦੇ ਬਾਰੇ ਐਂਡ ਵੀ ਕੈਨ ਟਾਕ ਅਬਾਊਟ ਦੈਟ ਟੋਪਿਕ ਸੋ ਡੂ ਕਾਲ ਮੀ ਈਮੇਲ ਮੀ ਔਰ ਫੇਸਬੁੱਕ ਪੇਜ ਨੂੰ ਵੀ ਜੁਆਇਨ ਕਰੋ ਅਗਰ ਇਟਸ ਅ ਗੁੱਡ ਥਿੰਗ ਜਿਸ ਤਰ੍ਹਾਂ ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਕਿਸੇ ਵੀ ਏਜ ਦੇ ਵਿੱਚ ਕੁਛ ਨਵਾਂ ਸਿੱਖਣਾ ਉਹ ਬੜਾ ਅੱਛਾ ਹੈ ਨੋਟ ਓਨਲੀ ਕਿ ਤੁਹਾਡੀ ਇੱਕ ਬੋਰੀਅਤ ਤੋਂ ਹਟ ਕੇ ਕੁਛ ਨਵਾਂ ਸਿੱਖਦੇ ਹੋ ਬਟ ਤੁਹਾਡੇ ਬ੍ਰੇਨ ਵਾਸਤੇ ਬਹੁਤ ਅੱਛਾ ਹੈ ਇੱਕ ਪਰਟੀਕੁਲਰ ਏਜ ਤੋਂ ਬਾਅਦ ਜਦੋਂ ਵੀ ਅਸੀਂ ਕੋਈ ਨਵੀਂ ਚੀਜ਼ ਸਿੱਖਦੇ ਅਸੀਂ ਜਿੰਨਾ ਮਰਜ਼ੀ ਆਈ ਥਿੰਕ ਮੈਂ ਪਹਿਲੇ ਵੀ ਇਹ ਚੀਜ਼ ਦਾ ਜ਼ਿਕਰ ਕੀਤਾ ਕਿ ਜਿਹੜੀ ਮਰਜ਼ੀ ਕਿਸੇ ਹੋਰ ਚੀਜ਼ ਦੇ ਵਿੱਚ ਅਸੀਂ ਬਹੁਤ ਸਕਿੱਲਫੁੱਲ ਹੋਈਏ ਮਤਲਬ ਬਹੁਤ ਮਾਹਿਰ ਹੋਈਏ ਪਰ ਉਹ ਚੀਜ਼ ਸਾਨੂੰ ਬ੍ਰੇਨ ਨੂੰ ਐਕਟਿਵ ਰੱਖਣ ਨੂੰ ਇੰਨੀ ਹੈਲਪਫੁੱਲ ਨਹੀਂ ਹੁੰਦੀ ਕਿਉਂਕਿ ਉਹ ਸਾਡੀ ਬੈਕ ਆਫ ਦਾ ਹੈਂਡ ਸਾਡਾ ਕੰਮ ਬਣ ਚੁੱਕਾ ਹੁੰਦਾ ਭਾਵੇਂ ਉਹ ਬਹੁਤ ਹੀ ਸਮਾਰਟ ਚੀਜ਼ ਹੈ ਪਰ ਕੋਈ ਬਿਲਕੁਲ ਸਿੰਪਲ ਚੀਜ਼ ਵੀ ਜਦੋਂ ਨਵੀਂ ਸਿੱਖਦੇ ਹਾਂ ਅਤੇ ਜਿਹੜੇ ਬ੍ਰੇਨ ਦੇ ਪਾਰਟਸ ਟ੍ਰਿਗਰ ਹੁੰਦੇ ਹੈ ਉਹ ਹੈਲਪ ਕਰਦੇ ਹੈ ਸਾਨੂੰ ਲੌਂਗ ਟਰਮ ਮੈਮਰੀ ਇੰਪਰੂਵ ਕਰਨ ਦੇ ਵਿੱਚ ਯੂ ਨੋ ਡਿਮੈਂਸ਼ੀਆ ਅਲਜ਼ਾਈਮਰਸ ਨੂੰ ਪਰੇ ਕਰਨ ਵਿੱਚ ਮਤਲਬ ਟੂ ਪੁਸ਼ ਇਟ ਬੈਕ ਔਰ ਯੂ ਨੋ ਫਾਈਟ ਇਟ ਸੋ ਬਹੁਤ ਜ਼ਰੂਰੀ ਹੈ ਕਿ ਅਸੀਂ ਐਜ਼ ਵੀ ਆਰ ਗਰੋਇੰਗ ਓਲਡਰ ਅਸੀਂ ਕੋਈ ਕੋਈ ਨਵੀਂ ਚੀਜ਼ ਸਿੱਖੀਏ ਸੋ ਇਹ ਵੀ ਇੱਕ ਚੀਜ਼ ਹੈ ਕਿ ਤੁਸੀਂ ਫੇਸਬੁੱਕ ਪੇਜ ਬਣਾਉਂਦੇ ਹੋ ਹੈਗੇ ਹੈ ਤੁਹਾਡੇ ਕੋਲ ਅਤੇ ਗੱਲਬਾਤ ਦੇ ਫੇਸਬੁੱਕ ਪੇਜ ਨੂੰ ਲਾਈਕ ਕਰੋ ਯੂ ਨੋ ਐਂਡ ਫਿਰ ਉਸ 'ਤੇ ਤੁਸੀਂ ਕਨਵਰਸ ਕਰ ਸਕਦੇ ਹੋ ਕੋਈ ਕਮੈਂਟ ਦੇ ਸਕਦੇ ਹੋ ਕੋਈ ਮੈਸੇਜ ਭੇਜ ਕੇ ਆਪਣਾ ਆਈਡੀਆ ਦੇ ਸਕਦੇ ਹੋ ਕਿ ਤੁਹਾਨੂੰ ਇਸ ਚੀਜ਼ ਦੇ ਬਾਰੇ ਗੱਲ ਕਰਨੀ ਹੈ ਜਾਂ ਫਿਰ ਆਪਣਾ ਕੇਸ ਦੱਸ ਸਕਦੇ ਹੋ ਕਾਲ ਦੇ ਇਲਾਵਾ ਤੁਸੀਂ ਇਹ ਵੀ ਇੱਕ ਚੈਨਲ ਹੈ ਜਿਹਦੇ ਨਾਲ ਤੁਸੀਂ ਗੱਲ ਕਰ ਸਕਦੇ ਹੋ ਸੋ ਬੜੀਆਂ ਸਾਰੀਆਂ ਗੱਲਾਂ ਹੈ ਬੜੇ ਸਾਰੇ ਟੋਪਿਕਸ ਹੈ ਜਿਹੜੇ ਕਿ ਅਸੀਂ ਆਉਂਦੇ ਕੁਛ ਸ਼ੋਅਜ਼ ਦੇ ਵਿੱਚ ਉਹਦੇ ਬਾਰੇ ਗੱਲਾਂ ਕਰਨੀਆਂ ਨੇ ਐਂਡ ਆਈ ਡੋਂਟ ਨੋ ਮੈਂ ਬੜੀ ਕਿਊਰੀਅਸ ਸੀ ਐਕਚੁਲੀ ਆਇਓਵਾ ਦੇ ਵਿੱਚ ਇਸ ਵੇਲੇ ਕੀ ਹੋ ਰਿਹਾ ਕਿਉਂਕਿ ਯੂ ਨੋ ਇਟਸ ਕੁਆਇਟ ਅੰਬੈਰਸਿੰਗ ਬੇਸਿਕਲੀ ਕਿ ਡੈਮੋਕਰੈਟ ਯੂ ਨੋ ਜਿਹੜਾ ਕੱਲ੍ਹ ਕੌਕਸ ਦੇ ਵਿੱਚ ਉਹ ਹੋਈ ਹੈ ਐਂਡ ਉਹਦੇ ਵਿੱਚ ਉਹਨਾਂ ਨੂੰ ਇੱਕ ਸਾਹਮਣੇ ਕੋਈ ਇੱਕ ਲੀਡਰ ਮਿਲਿਆ ਹੀ ਨਹੀਂ ਹੈ ਐਂਡ ਦੈਟ ਇਜ਼ ਕੁਆਇਟ ਅੰਬੈਰਸਿੰਗ ਬਟ ਆਈ ਡੋਂਟ ਨੋ ਕਿ ਕਿਸ ਦੀ ਗਲਤੀ ਹੈ ਕਿਹਨੂੰ ਕ੍ਰੈਡਿਟ ਡਿਸਕ੍ਰੈਡਿਟ ਦੇਣਾ ਚਾਹੀਦਾ ਇਹਦੇ ਬਾਰੇ ਸਪੈਸ਼ਲੀ ਕਿ ਹਾਂਜੀ ਟੈਕਨੋਲੋਜੀ ਐਪ ਇਸ਼ੂ ਹੋਇਆ ਜਾਂ ਕੀ ਹੋਇਆ ਬਟ ਜੋ ਵੀ ਕਹੋ ਸਾਡੀ ਇੰਨੀ ਡਿਵੈਲਪ ਕੰਟਰੀ ਜਿਹੜੀ ਅਸੀਂ ਡਰੀਮ ਕਰਦੇ ਹੀ ਨਹੀਂ ਹਾਂ ਸਿਰਫ ਬਟ ਇਟ ਅਸੀਂ ਕਲੇਮ ਕਰਦੇ ਹਾਂ ਕਿ ਅਸੀਂ ਲੀਡ ਕਰ ਰਹੇ ਹਾਂ ਵਰਲਡ ਨੂੰ ਐਂਡ ਕੋਈ ਇੰਨਾ ਬੇਸਿਕ ਜਾਂ ਇੰਨਾ ਇੰਪੋਰਟੈਂਟ ਸਾਡੀ ਉਹ ਚੀਜ਼ ਹੋਏ ਔਰ ਉਹ ਜਸਟ ਬਿਫੋਰ ਦੈਟ ਇੰਨਾ ਮੈਸ ਕ੍ਰੀਏਟ ਹੋ ਜਾਏ ਉਹਦੇ 'ਤੇ ਸਾਰੀ ਦੁਨੀਆ ਸਾਡੇ ਵੱਲ ਦੇਖ ਰਹੀ ਹੈ ਸੋ ਕਮਿੰਗ ਟੂ ਜਸਟ ਜਨਰਲੀ ਯੂ ਨੋ ਕਿਉਂਕਿ ਪਰਿਵਾਰ ਨਾਲ ਬੈਠੇ ਹਾਂ ਔਰ ਲੱਗਦਾ ਹੈ ਕਿ ਸਾਰੇ ਇਸ ਚੀਜ਼ ਨਾਲ ਸਹਿਮਤ ਨੇ ਜੋ ਅਸੀਂ ਹੁਣ ਤੱਕ ਗੱਲ ਕੀਤੀ ਹੈ ਜੋ ਸਾਰੇ ਯੂ ਨੋ ਜੋ ਵੀ ਗੱਲ ਸਾਰੇ ਕੰਟਰੀਬਿਊਟ ਕਰ ਰਹੇ ਸੀਗੇ ਸਾਰਿਆਂ ਨੇ ਉਹੀ ਗੱਲ ਕਹਿਣੀ ਸੀ ਇਸੇ ਪਿੱਛੇ ਕਾਲਸ ਹੋਰ ਨਹੀਂ ਆ ਰਹੀਆਂ ਥਿੰਕਿੰਗ ਕਿ ਯੂ ਨੋ ਇਹਦੇ ਬਾਰੇ ਹੋਰ ਤੁਸੀਂ ਕੀ ਕਹਿ ਸਕਦੇ ਹੋ ਯੂ ਨੋ ਇਗਨੋਰ ਕਰੋ
ਐਂਡ ਉਹ ਸਾਰੇ ਕਹਿ ਚੁੱਕੇ ਆ। ਇਸੇ ਪਿੱਛੇ ਮੈਂ ਹੋਰ ਗੱਲਾਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ ਕਿ ਜਿਹੜੀਆਂ ਕਿ ਬਹੁਤ ਇੰਪੋਰਟੈਂਟ ਹੈ। ਸੋ ਫੋਰ ਅ ਕਮਿਊਨਿਟੀ ਹੂ ਇਜ਼ ਸੋ ਪ੍ਰੋਗਰੈਸਿਵ, ਸਾਰੀ ਕਮਿਊਨਿਟੀ ਪੰਜਾਬੀ, ਸਿੱਖ ਕਮਿਊਨਿਟੀ, ਇੰਡੀਅਨ ਕਮਿਊਨਿਟੀ ਇਤਨੇ ਪ੍ਰੋਗਰੈਸਿਵ ਹੈ, ਅਸੀਂ ਫਿਰ ਅਸੀਂ ਆਪਣੇ ਆਪਣੇ ਦੇ ਵਿੱਚ ਕਈ ਵਾਰੀ ਇੰਨੇ ਘੁੰਮਦੇ ਰਹਿੰਦੇ ਹਾਂ, ਵੀ ਡੋਂਟ ਟਰਾਈ ਕਿ ਅਸੀਂ ਬਾਹਰ ਜਾ ਕੇ ਕੰਟਰੀਬਿਊਟ ਕਰੀਏ। ਸੋ ਬਹੁਤ ਇੰਪੋਰਟੈਂਟ ਹੈ ਕਿ ਅਸੀਂ ਆਊਟਸਾਈਡ ਆਰ ਕਮਿਊਨਿਟੀ ਵੀ ਦਿਖੀਏ, ਵੋਟ ਕਰੀਏ, ਕੁਛ ਨਾ ਕੁਛ ਯੂ ਨੋ ਉਹਦੇ 'ਚ ਇਨਵੋਲਵ ਹੋਏ, ਇੰਟਰਸਟ ਲਈਏ, ਬਹੁਤ ਜ਼ਰੂਰੀ ਹੈ ਇਸ ਚੀਜ਼ ਦੇ ਵਿੱਚ। ਸੋ ਹੈਵਿੰਗ ਸੈਡ ਦੈਟ, ਪਲੀਜ਼ ਡੂ ਸੈਂਡ ਮੀ ਯੋਰ ਟੋਪਿਕਸ ਐਂਡ ਯੋਰ ਕੇਸਿਸ। ਐਂਡ ਅੱਜ ਵਾਸਤੇ, ਸਿੰਸ ਇਹੀ ਲੱਗ ਰਿਹਾ ਮੈਨੂੰ ਕਿ ਐਵਰੀਬਡੀ ਐਗਰੀਜ਼ ਟੂ ਦਿਸ, ਕਿ ਜੋ ਵੀ ਅਸੀਂ ਹੁਣ ਤੱਕ ਗੱਲ ਕੀਤੀ ਹੈ ਕੇਸ ਵਾਸਤੇ, ਸੋ ਅੱਜ ਇੱਥੇ ਹੀ ਸਮਾਪਤੀ ਕਰਦੇ ਹਾਂ। ਮੈਨੂੰ ਅੱਜ ਇਜਾਜ਼ਤ ਦਿਓ, ਕੱਲ੍ਹ ਫਿਰ ਮੁਲਾਕਾਤ ਹੋਏਗੀ। ਸਤਿ ਸ਼੍ਰੀ ਅਕਾਲ।